ਅਰਬ ਦੇ ਵਿੱਚ ਮਸੀਹੀ ਲੋਕ ਪੈਦਾ ਹੋਏ ਪ੍ਰਾਚਨ ਉਹ ਕੁਦਰਤੀ ਸਰੂਪ ਵਿੱਚ ਸਨ ਭਾਵੇਂ ਉਹਨਾਂ ਦੇ ਕੇਸ ਦਾੜੀ ਸਾਬਤ ਸਨ ਪਰੰਤੂ ਜਦੋਂ ਹੀ ਇਹ ਯੂਰਪ ਵਿੱਚ ਪਹੁੰਚਦੀ ਆ ਤਾਂ ਉੱਥੇ ਜਾ ਕੇ ਜਿਹੜੇ ਕ੍ਰਿਸਚੀਅਨ ਲੋਕ ਨੇ ਉਹ ਕੇਸ ਦਾੜੀ ਤੋਂ ਬਗੈਰ ਕਲਿਨਸ਼ੀਮਨ ਹੋ ਜਾਂਦੇ ਤੇ ਅੱਗੋਂ ਫਿਰ ਅੱਗੇ ਜਾ ਕੇ ਫਿਰ ਰਸ਼ੀਅਨ ਇੱਕ ਬਾਦਸ਼ਾ ਪੀਟਰ ਦੀ ਗ੍ਰੇਟ ਜਿਹਨੂੰ ਕਹਿੰਦੇ ਆ ਤੇ ਉਹਨੇ ਫਿਰ ਇਹ ਹੁਕਮ ਜਾਰੀ ਕੀਤਾ ਸੀ ਰਸ਼ੀਆ ਦੇ ਵਿੱਚ ਕਿਉਂਕਿ ਉਹ ਰਸ਼ੀਆ ਨੂੰ ਆਧੁਨਿਕ ਕਰਨਾ ਚਾਹੁੰਦੇ ਮੋਡਰਨਟ ਕਰਨਾ ਚਾਹੁੰਦੇ ਸੀਗਾ ਵੈਸਟ ਦੀ ਤਰਜ਼ ਤੇ ਉਸ ਨੇ ਕਿਹਾ ਸੀ ਵੀ ਜਿਹੜਾ ਬੰਦਾ ਦਾੜੀ ਰੱਖਣਾ ਚਾਹੁੰਦਾ ਵਾ ਉਹ ਟੈਕਸ ਦੇਊਗਾ ਤੇ ਉਹ ਜਿਹੜੇ ਰਸ਼ੀਅਨ ਲੋਕ ਸੀਗੇ ਉਹ ਵੀ ਕੇਸ ਦਾੜੀ ਸਾਬਤ ਰੱਖਦੇ ਸਨ ਤੇ ਉਹਨਾਂ ਨੇ ਫਿਰ ਮਜਬੂਰੀ ਵਸ ਵੀ ਟੈਕਸ ਤੋਂ ਬਚਣ ਦੇ ਲਈ ਉਹਨਾਂ ਨੇ ਆਪਣੀਆਂ ਕੇਸ ਦਾੜੀਆਂ ਕਟਵਾ ਲਏ ਪਰ ਉਹਨਾਂ ਨੇ ਉਹ ਸੰਭਾਲ ਕੇ ਰੱਖ ਲਏ ਤੇ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਮਰੀਏ ਤਾਂ ਸਾਡੇ ਤਬੂਤਾਂ ਵਿੱਚ ਸਾਡੇ ਨਾਲ ਦਫ਼ਨ ਕਰ ਦਿੱਤੇ ਜਾਣ ਇਹ ਵੀ ਇੱਕ ਹਿਸਟਰੀ ਹੈ ਇਹ ਰਸ਼ੀਆ ਦੀ ਹੈ ਪਰ ਇਹ ਹਿਸਟਰੀ ਇਸ ਕਰਕੇ ਸੀ ਕਿ ਪੀਟਰ ਚਾਹੁੰਦਾ ਸੀ ਕਿ ਮੈਂ ਰੂਸ ਨੂੰ ਪੱਛਮ ਦੀ ਤਰਜ਼ ਦੇ ਉੱਤੇ ਕਿਉਂਕਿ ਰੂਸ ਪੱਛਮ ਵਿੱਚ ਨਹੀਂ ਆਉਂਦਾ ਇਹ ਯੂਰੇਸ਼ੀਆ ਨੂੰ ਵੱਖਰੇ ਤੌਰ ਤੇ ਕਿਹਾ ਜਾਂਦਾ ਤੇ ਉਹਦੀ ਤਰਜ਼ ਦੇ ਉੱਤੇ ਮੈਂ ਰੂਸ ਨੂੰ ਵੀ ਮੋਡਰੇਟ ਕਰਾ ਗੁਰਮਤ ਅਤੇ ਸਿੱਖ ਤਵਾਰੀਖ ਬੁੰਗਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸੱਦੇ ਉੱਪਰ ਅੱਜ ਦੀ ਇਸ ਗੋਸਟ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਬੂਹ ਗੁਰੂ ਸਵਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੇਕ ਕੰਮ ਨੂੰ ਕਰਨ ਲਈ ਊਰਜਾ ਚਾਹੀਦੀ ਹੁੰਦੀ ਹੈ ਤੇ ਊਰਜਾ ਪੈਦਾ ਕਰਨ ਲਈ ਕਈ ਵਾਰ ਹਾਲਾਤ ਜ਼ਿੰਮੇਵਾਰ ਹੁੰਦੇ ਨੇ ਹਾਲਾਤ ਵਿੱਚਲਾ ਤਣਾਅ ਜ਼ਿੰਮੇਵਾਰ ਹੁੰਦਾ ਹੈ। ਤੋਂ ਇਹ ਜੋ ਅਸੀਂ ਗੋਸਟ ਦਾ سلسلہ ਆਰੰਭ ਕਰਨ ਜਾ ਰਹੇ ਹਾਂ। ਇਹਦੇ ਪਿੱਛੇ ਜਿਹੜੀ ਊਰਜਾ ਤੇ ਪ੍ਰੇਰਣਾ ਹੈ ਉਹ ਪੰਥ ਦੀ ਮੌਜੂਦਾ ਹਾਲਤ ਦੇ ਵਿੱਚਲੀ ਤਣਾਅ ਦੀ ਸਥਿਤੀ ਹੈ ਜੋ ਸਾਨੂੰ ਊਰਜਾ ਦੇ ਰਹੀ ਹੈ ਤੇ ਜੋ ਸਾਨੂੰ ਪ੍ਰੇਰਣਾ ਦੇ ਰਹੀ ਹੈ। ਕਿ ਅਸੀਂ ਸਾਰੇ ਮਿਲ ਕੇ ਗੋਸ਼ਟ ਦੇ ਰਸਤੇ ਆਪਸ ਵਿੱਚ ਗਿਆਨ ਦੀ ਸਾਂਝ ਪਾ ਕੇ ਇਸ ਸਥਿਤੀ ਵਿੱਚੋਂ ਬਾਹਰ ਨਿਕਲਣ ਲਈ ਉਭਰਨ ਦੇ ਲਈ ਯਤਨਸ਼ੀਲ ਹੋਈਏ। ਤਾਂ ਇਹ ਇਸ ਗੋਸ਼ਟ ਦੇ ਪਿੱਛੇ ਕੰਮ ਕਰਨ ਵਾਲੀ ਪ੍ਰੇਰਣਾ ਹੈ। ਹਰੇਕ ਸੱਭਿਆਚਾਰ ਦੇ ਵਿੱਚ ਕੁਝ ਪ੍ਰਬੰਧ ਕੁਝ ਸੰਸਥਾਵਾਂ ਹੁੰਦੀਆਂ ਹਨ ਜੋ ਕੰਮ ਕਰਦੀਆਂ ਹਨ ਜਿਹਦੇ ਵਿੱਚੋਂ ਉਹ ਸੱਭਿਆਚਾਰ ਦੇ ਧਾਰਨੀ ਲੋਕਾਂ ਦਾ ਵਿਹਾਰ ਉਹਨਾਂ ਦਾ ਸੋਹਜ ਉਹਨਾਂ ਦੇ ਵਿਚਾਰ ਦਾ ਅਮਲ ਤੇ ਉਹਨਾਂ ਦੀ ਸ਼ਖਸੀਅਤ ਦੇ ਦਰਸ਼ਨ ਹੁੰਦੇ ਸੋ ਇੱਕ ਸੱਭਿਆਚਾਰ ਦੇ ਵਿੱਚ ਵੀ ਇਸ ਤਰ੍ਹਾਂ ਦੇ ਬਹੁਤ ਪ੍ਰਬੰਧ ਹਨ ਜਿੱਥੇ ਸਿੱਖ ਆਪਣਾ ਪ੍ਰਗਟਾਵਾ ਕਰਦੇ ਹਨ ਪਰੰਤੂ ਜਿੰਨੀ ਗੰਭੀਰਤਾ ਨਾਲ ਸੱਭਿਆਚਾਰ ਵਾਲੇ ਵਿਸ਼ੇ ਨੂੰ ਲੈਣਾ ਚਾਹੀਦਾ ਹੈ ਸ਼ਾਇਦ ਉਨੀ ਗੰਭੀਰਤਾ ਨਾਲ ਹੁਣ ਵਾਲੀ ਮੌਜੂਦਾ ਪੀੜ੍ਹੀ ਤੇ ਉਸ ਤੋਂ ਪਿਛਲੀ ਇੱਕ ਪੀੜ੍ਹੀ ਨੇ ਇਸ ਵਿਸ਼ੇ ਨੂੰ ਨਹੀਂ ਲਿਆ ਜਿਸ ਕਰਕੇ ਸਿੱਖ ਸੱਭਿਆਚਾਰ ਦੇ ਵਿੱਚ ਕੁਝ ਐਸੇ ਅੰਸ਼ ਸ਼ਾਮਲ ਹੋਏ ਨੇ ਕੁਝ ਐਸੀਆਂ ਚੀਜ਼ਾਂ ਉਹਦੇ ਵਿੱਚ ਸ਼ਾਮਲ ਹੋ ਗਈਆਂ ਨੇ ਜੋ ਗੁਰਮਤ ਅਸ਼ੀ ਅਨੁਸਾਰ ਵੀ ਠੀਕ ਨਹੀਂ ਹਨ ਅਤੇ ਸਧਾਰਨ ਤੌਰ ਤੇ ਬਾਕੀ ਸੱਭਿਆਚਾਰਾਂ ਦੇ ਮੁਕਾਬਲੇ ਵਿੱਚ ਵੀ ਉਹ ਇੱਕ ਉੱਚ ਪੱਧਰੇ ਅਮਲ ਦਾ ਪ੍ਰਗਟਾਵਾ ਨਹੀਂ ਹੈ। ਤੋਂ ਇਸ ਕਰਕੇ ਸਾਨੂੰ ਸੱਭਿਆਚਾਰ ਨੂੰ ਥੋੜਾ ਜ਼ਿਆਦਾ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਕਿਉਂਕਿ ਸੱਭਿਆਚਾਰ ਨੂੰ ਸਮਝਣ ਦੇ ਲਈ ਇਸ ਨੂੰ ਮੰਡੀ ਦੀ ਵਸਤੂ ਬਣਾਉਣ ਦੇ ਲਈ ਜਿਹੜੀਆਂ ਵੱਡੀਆਂ ਪੂੰਜੀ ਵਾਲੀਆਂ سرمایہਕਾਰੀ ਧਿਰਾਂ ਨੇ ਉਹਨਾਂ ਦਾ ਬਹੁਤ ਜ਼ੋਰ ਲੱਗਿਆ ਹੋਇਆ। ਤੋਂ ਇਸ ਕਰਕੇ ਆਪਣੇ ਸੱਭਿਆਚਾਰ ਨੂੰ ਠੀਕ ਕਰਨ ਲਈ ਵੀ ਸਾਨੂੰ ਬਹੁਤ ਗੰਭੀਰ ਹੋਣ ਦੀ ਲੋੜ ਹੈ। ਇੱਕ ਹੋਰ ਨੁਕਤਾ ਹੈ ਜੋ ਇਸ ਸਾਰੇ ਕੁਝ ਜੋ ਸੀ سلسلہ ਸ਼ੁਰੂ ਕੀਤਾ ਹੈ ਗੋਸ਼ਟੀਆਂ ਦਾ ਇਹਦੇ ਪਿੱਛੇ ਪ੍ਰੇਰਣਾ ਦਾ ਕਾਰਨ ਬਣਿਆ ਉਹ ਹੈ ਕਿ ਲੰਬੇ ਅਰਸੇ ਤੋਂ ਸਿੱਖਾਂ ਦੇ ਵਿੱਚ ਜਿਹੜੀ ਸਿਧਾਂਤਕ ਕਲਪਨਾयां ਉਹਨੂੰ ਰੋਕ ਦਿੱਤਾ ਗਿਆ ਹੈ ਖਾਸ ਤਰ੍ਹਾਂ ਦੀਆਂ ਸਿਧਾਂਤਕ ਲੋੜਾਂ ਹੁੰਦੀਆਂ ਨੇ ਸਮੇਂ ਦੇ ਅਨੁਸਾਰ ਜਿਸ ਦੇ ਨਾਲ ਕੋਈ ਵੀ ਸਮਾਜ ਸੱਭਿਆਚਾਰ ਮੌਜੂਦਾ ਜੋ ਸਮੇਂ ਦੇ ਹਾਲਾਤ ਹੁੰਦੇ ਨੇ ਉਹਦੇ ਵਿੱਚ ਜੋ پیچਿਦਗੀਆਂ ਪੈਦਾ ਹੁੰਦੀਆਂ ਨੇ ਉਹਦੇ ਵਿੱਚ ਜੋ ਮੁਸ਼ਕਲਾਂ ਸਾਹਮਣੇ ਆਉਂਦੀਆਂ ਨੇ ਉਹਨਾਂ 'ਚ ਉਭਰਨ ਦੇ ਲਈ ਕੋਈ ਮੋਰਚੇ ਬੰਦੀ ਕਰਦਾ ਹੈ ਵਿਉਂਤਬੰਦੀ ਕਰਦਾ ਹੈ ਸੋ ਸਾਡੀਆਂ ਜੋ ਯੂਨੀਵਰਸਟੀਆਂ ਸਨ ਜਾਂ ਅਕਾਦਮਿਕ ਸੰਸਥਾਵਾਂ ਸਨ ਚਾਹੇ ਉਹ ਸਰਕਾਰ ਦੁਆਰਾ ਚਲਾਈਆਂ ਜਾਂਦੀਆਂ ਨੇ ਚਾਹੇ ਉਹ ਸਿੱਖਾਂ ਦੁਆਰਾ ਚਲਾਈਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਜਿਹੜੀ ਸਿਧਾਂਤਕ ਕਲਪਨਾ ਸੀ ਉਸ ਦਾ ਪ੍ਰਵਾਹ ਉਸ ਤਰ੍ਹਾਂ ਨਹੀਂ ਰਿਹਾ ਜਿਵੇਂ ਗੁਰੂ ਸਾਹਿਬ ਨੇ ਉਸ ਨੂੰ ਪ੍ਰਵਾਹਮਾਨ ਕੀਤਾ ਸੀ ਸੋ ਇਸ ਕਰਕੇ ਜਿੱਥੇ ਵੀ ਇਹ ਇਸ ਤਰ੍ਹਾਂ ਦੀ ਕਲਪਨਾ ਨੂੰ ਰੋਕਿਆ ਜਾਂਦਾ ਹੈ ਉੱਥੇ ਹੀ ਸਿਧਾਂਤਕ ਤੌਰ ਤੇ ਨੁਕਸਾਨ ਹੋਣ ਦੇ ਨਾਲ ਨਾਲ ਰਾਜਨੀਤਿਕ ਖੋਰਾ ਲੱਗਦਾ ਹੈ ਜਿਹੜਾ ਕਿ ਹੁਣ ਇਸ ਵੇਲੇ ਸਾਡੇ ਸਾਹਮਣੇ ਦਰਪੇਸ਼ ਹੈ ਤੇ ਸਾਨੂੰ ਬਹੁਤ ਵੱਡੇ ਰਾਜਨੀਤਿਕ ਖੋਰੇ ਦਾ ਸਾਹਮਣਾ ਕਰਨਾ ਪੈ ਰਿਹਾ ਤੋਂ ਇਹ ਵੀ ਇੱਕ ਵੱਡਾ ਪ੍ਰੇਰਨਾ ਦਾ ਕਾਰਨ ਸੀਗਾ ਜਿਸ ਕਰਕੇ ਅਸੀਂ ਇਹ ਗੋਸਟ ਲੜੀ ਜਿਹੜੀ ਆ ਉਹ ਸ਼ੁਰੂ ਕੀਤੀ ਹੈ ਤੋ ਇਸ ਲੜੀ ਦੇ ਵਿੱਚ ਜਿਹੜਾ ਅੱਜ ਦਾ ਇਹ ਰੱਖਿਆ ਗਿਆ ਸੈਮੀਨਾਰ ਜਿਸ ਵਿੱਚ ਪਛਮੀ ਦ੍ਰਿਸ਼ਟੀ ਪੜਤਾਲ ਤੇ ਵਿਆਖਿਆ ਇਹ ਰੱਖਿਆ ਗਿਆ ਸੀਗਾ ਟੌਪਿਕ ਤੇ ਇਹਦੇ ਵਿੱਚ ਚਾਰ ਵੱਖ-ਵੱਖ ਵਿਸ਼ੇ ਕਵਰ ਕੀਤੇ ਜਾਣੇ ਨੇ ਤੋ ਜੋ ਪਹਿਲਾ ਪਰਚਾ ਮੇਰੇ ਵੱਲੋਂ ਪੇਸ਼ ਕੀਤਾ ਜਾਣਾ ਹੈ ਉਹਦੇ ਵਿੱਚ ਮੁਢਲੇ ਤੌਰ ਤੇ ਜਾਣਕਾਰੀ ਹੈ ਜੋ ਸਾਨੂੰ ਪੱਛਮ ਦੀ ਸਿਰਜਣਾ ਨਾਲ ਜੋੜਨ ਦੇ ਲਈ ਕਹ ਲੋ ਕਿ ਇੱਕ ਮੋਡਲੀ ਜਿਹੜੀ ਗੱਲ ਹੁੰਦੀ ਆ ਭਾਵੇਂ ਉਹ ਬਹੁਤ ਸੌਖੀ ਹੁੰਦੀ ਹੈ ਤੇ ਕਿਉਂਕਿ ਇਹ ਗ੍ਰੈਜੂਏਸ਼ਨ ਦੇ ਵਿੱਚ ਤੇ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਰਾਜਨੀਤੀ ਸ਼ਾਸਤਰ ਚ ਇਤਿਹਾਸ ਵਿੱਚ ਤੇ ਸੱਭਿਆਚਾਰ ਦੀ ਪੜ੍ਹਾਈ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਪੜ੍ਹਾਇਆਂ ਜਾਂਦੀਆਂ ਨੇ ਜਿਹੜੀਆਂ ਇੱਥੇ ਮੈਂ ਆਪਜੀ ਨਾਲ ਸਾਂਝੀਆਂ ਕਰਨੀਆਂ ਨੇ ਇਹ ਭਾਵੇਂ ਕਿ ਇਹ ਬਹੁਤ ਆਮ ਗੱਲਾਂ ਹੋਣਗੀਆਂ ਤੇ ਬਹੁਤ ਸਾਰੇ ਸੱਜਣੇ ਇਸ ਤੋਂ ਪਹਿਲਾਂ ਜਾਣੋ ਵੀ ਹੋਣਗੇ ਪਰ ਕਿਉਂਕਿ ਜਦੋਂ ਕੋਈ ਡਾਕੂਮੈਂਟ ਤਿਆਰ ਹੁੰਦਾ ਹੈ ਤਾਂ ਹਰ ਇੱਕ ਚੀਜ਼ ਦੀ ਕੋਈ ਭੂਮਿਕਾ ਹੁੰਦੀ ਹੈ ਹਰ ਇੱਕ ਚੀਜ਼ ਦਾ ਕੋਈ ਮੋੜ ਹੁੰਦਾ ਹੈ ਸ਼ੁਰੂਆਤ ਹੁੰਦੀ ਹੈ ਤਾਂ ਅਸੀਂ ਸ਼ੁਰੂਆਤ ਦੇ ਤੌਰ ਤੇ ਪੱਛਮ ਦੀ ਸਿਰਜਣਾ ਸੰਬੰਧੀ ਕੁਝ ਗੱਲਬਾਤ ਸ਼ੁਰੂ ਕਰਾਂਗੇ ਉਂਝ ਤੇ ਪੱਛਮ ਦੀ ਸਿਰਜਣਾ ਦਾ ਜਿਹੜਾ ਇਤਿਹਾਸ ਹੈ ਉਹ ਕੋਈ 2.5 ਹਜ਼ਾਰ ਸਾਲ ਦੇ ਵਕਫੇ ਵਿੱਚ ਫੈਲਿਆ ਹੋਇਆ ਹੈ ਪਰੰਤੂ ਅਸੀਂ ਜਿਆਦਾ ਪਿੱਛੇ ਤੱਕ ਨਾ ਜਾਂਦੇ ਹੋਏ ਜਦੋਂ ਯੂਰਪ ਦੇ ਵਿੱਚ ਅਰਬ ਤੋਂ ਮਸੀਹੀਅਤ ਜਿਹੜੀ ਆ ਜਿਹਨੂੰ ਕ੍ਰਿਸਚੀਅਨਿਟੀ ਆਪਾਂ ਕਹਿੰਨੇ ਆ ਉਹ ਚੱਲ ਕੇ ਜਾਂਦੀ ਆ ਤੇ ਯੂਰਪ ਦੇ ਵਿੱਚ ਜਾ ਕੇ ਕ੍ਰਿਸਚੀਅਨਿਟੀ ਵੀ ਆਪਣਾ ਯੂਰਪ ਦੇ ਹਿਸਾਬ ਨਾਲ ਰੂਪ ਬਦਲ ਲੈਂਦੀ ਆ ਤੇ ਉੱਥੇ ਫਿਰ ਪ੍ਰੋਟੈਸਟੈਂਟਿਜ਼ਮ ਪੈਦਾ ਹੁੰਦਾ ਆ ਜਿਸ ਤੋਂ ਬਾਅਦ ਫਿਰ ਬਹੁਤ ਵੱਡੀਆਂ ਲੱਭਤਾਂ ਬਹੁਤ ਵੱਡਾ ਵਿਗਿਆਨਕ ਪੜਨ ਪਠਨ ਪਾਠਨ ਦਾ ਇੱਕ ਸਿਲਸਿਲਾ ਸ਼ੁਰੂ ਹੁੰਦਾ ਆ ਉਸ ਤੋਂ ਅਸੀਂ ਆਪਣੀ ਗੱਲ ਆਰੰਭ ਕਰਾਂਗੇ ਮੁਢਲੀ ਗੱਲ ਇਹ ਹੈ ਕਿ ਪੱਛਮ ਦੀ ਸਿਰਜਣਾ ਇੱਕ ਦਿਨ ਵਿੱਚ ਨਹੀਂ ਹੋਈ ਇਸ ਨੇ ਵੀ ਸੈਂਕੜੇ ਸਾਲਾਂ ਦਾ ਸਫ਼ਰ ਕੀਤਾ ਹੈ ਤੇ ਇਸ ਸਫ਼ਰ ਦੌਰਾਨ ਇਸ ਨੇ ਆਪਸ ਵਿੱਚ ਯੂਰਪੀ ਕੌਮਾਂ ਦੀਆਂ ਵੱਡੀਆਂ ਜੰਗਾਂ ਵੀ ਦੇਖੀਆਂ ਨੇ ਕਈ ਜੰਗਾਂ ਲਗਾਤਾਰ 30-30 ਸਾਲ ਵੀ ਚਲਦੀਆਂ ਰਹੀਆਂ ਇੰਨੀਆਂ ਲੰਮੀਆਂ ਜੰਗਾਂ ਯੂਰਪ ਦੇ ਵਿੱਚ ਉਸ ਇਤਿਹਾਸ ਵਿੱਚ ਮਿਲਦੀਆਂ ਨੇ ਜਦੋਂ ਇੰਨੀ ਲੰਮੀ ਜੰਗ ਚੱਲਦੀ ਹੈ ਤਾਂ ਫਿਰ ਮੁਲਕਾਂ ਦੇ ਖਜ਼ਾਨੇ ਖਾਲੀ ਹੋ ਜਾਂਦੇ ਨੇ ਤੇ ਫੌਜ ਦਾ ਢਿੱਡ ਭਰਨ ਦੇ ਲਈ ਹਕੂਮਤ ਵੱਲੋਂ ਉਹਨਾਂ ਨੂੰ ਖੁੱਲ ਦੇ ਦਿੱਤੀ ਜਾਂਦੀ ਹੈ ਕਿ ਤੁਸੀਂ ਲੁੱਟ ਦੇ ਨਾਲ ਆਪਣਾ ਪੇਟ ਭਰ ਲਓ ਤੇ ਲੀੜਾ ਕੱਪੜਾ ਹਥਿਆਰ ਆਦ ਵੀ ਲੁੱਟ ਦੇ ਉੱਤੇ ਹੀ ਆਧਾਰਿਤ ਹੋ ਜਾਂਦੇ। ਤੋਂ ਬੜੇ ਲੰਬੇ ਅਰਸੇ ਦੇ ਵਿੱਚ ਜਿਹੜੀ ਇਹ ਸਾਰੀ ਲੁੱਟਮਾਰ ਤੇ ਕਤਲੋਗਾਰਤ ਫੈਲੀ ਹੋਈ ਹੈ ਬੜੀ ਤਰ੍ਹਾਂ ਦੇ ਉੱਥੇ ਕਤਲਿਆਮ ਦੇ ਸਿਲਸਿਲੇ ਚੱਲੇ ਕਈ ਸਿਲਸਿਲੇ ਆਪਣੀਆਂ ਰਾਜ ਦੀਆਂ ਹੱਦਾਂ ਵਧਾਉਣ ਲਈ ਸਨ ਕਈ ਸਿਲਸਲੇ ਧਰਮਾਂ ਦੇ ਆਪਸੀ ਟਕਰਾਅ ਦੇ ਸਨ ਤੇ ਕਈ ਸਿਲਸਲੇ ਜਿਹੜੇ ਸਨ ਉਹ ਮੂਰਖ ਆਗੂਆਂ ਦੇ ਮੂਰਖਾਨਾ ਫੈਸਲਿਆਂ ਕਰਕੇ ਵੱਡੀਆਂ ਜੰਗਾਂ ਦਾ ਰੂਪ ਧਾਰ ਗਏ। ਤੋਂ ਇਸ ਕਰਕੇ ਯੂਰਪ ਦੇ ਵਿੱਚ ਬਹੁਤ ਕੁਝ ਹੋਇਆ ਹੈ ਜਿਸ ਕਰਕੇ ਉੱਥੇ ਕਈ ਤਰ੍ਹਾਂ ਦੀਆਂ ਸਭਿਤਾਵਾਂ ਕਈ ਤਰ੍ਹਾਂ ਦੀਆਂ ਕੌਮਾਂ ਗਰਕ ਵੀ ਹੋ ਗਈਆਂ, ਨਾਸ਼ ਵੀ ਹੋ ਗਈਆਂ, ਕਈ ਬੋਲੀਆਂ ਉੱਥੋਂ ਜਿਹੜੀਆਂ ਨੇ ਉਹ ਸਫਾਇ ਹਸਤੀ ਤੋਂ ਖਤਮ ਹੋ ਗਈਆਂ। ਤੇ ਕਈ ਤਰ੍ਹਾਂ ਦੇ ਸੱਭਿਆਚਾਰਾਂ ਦਾ ਵਿਨਾਸ਼ ਹੋ ਗਿਆ। ਅਖੀਰ ਚਲਦਿਆਂ ਚਲਦਿਆਂ ਇਹ ਸਾਰਾ ਕੁਝ ਜਿਹੜਾ ਉਹ ਮੌਜੂਦਾ ਸਮੇਂ ਤੱਕ ਪਹੁੰਚਦਾ ਹੈ ਜਿੱਥੇ ਅਸੀਂ ਪੱਛਮ ਨੂੰ ਇੱਕ ਇਕਾਈ ਵਿੱਚ ਪੱਛਮ ਕਹਿਣ ਤੱਕ ਪਹੁੰਚਦੇ ਹਾਂ ਤਾਂ ਉਹ ਸਾਰਾ ਵਿਕਾਸ ਕਿਸ ਤਰ੍ਹਾਂ ਹੋਇਆ? ਇਹ ਲੰਬੀਆਂ ਜੰਗਾਂ ਵੱਖ-ਵੱਖ ਵਿਸ਼ਵ ਦ੍ਰਿਸ਼ਟੀਆਂ ਦੇ ਆਪਸ ਵਿੱਚ ਭੇੜ ਸਨ। ਇਸ ਦੌਰਾਨ ਬਹੁਤ ਮਹੱਤਵਪੂਰਨ ਵੈਸਟਫੇਲੀਅਨ ਸੰਧੀ ਹੋਈ। ਜਰਮਨੀ ਦਾ ਇੱਕ ਸ਼ਹਿਰ ਹੈ ਵੈਸਟਫੇਲੀਆ। ਜਿੱਥੇ ਇਸ ਮੌਜੂਦਾ ਪੱਛਮੀ ਸਿਸਟਮ ਜਿਹਦੇ ਜਿਹਨੂੰ ਅਸੀਂ ਹੁਣ ਐਡਰੈਸ ਕਰਨਾ ਆ ਉਹਦੇ ਜਨਮਦਈਆਂ ਕਹਿ ਲੋ ਕਿ ਮੁਢਲੀਆਂ ਗੱਲਾਂ ਸ਼ੁਰੂ ਹੋਈਆਂ ਜਿੱਥੇ ਬਹੁਤ ਸਾਰੇ ਲੋਕਾਂ ਨੇ ਆਪਸ ਵਿੱਚ ਬਹਿ ਕੇ ਸੰਧੀ ਕੀਤੀ ਕਿ ਲੜਾਈਆਂ ਦਾ ਸਮਾਂ ਲੰਘ ਗਿਆ ਹੈ ਹੁਣ ਸਾਨੂੰ ਸ਼ਾਂਤੀ ਨਾਲ ਆਪਣਾ ਭਵਿੱਖ ਉਸਾਰਨਾ ਚਾਹੀਦਾ ਹੈ ਤੇ ਉਹਦੇ ਵਿੱਚੋਂ ਫਿਰ ਇੱਕ ਨਵੀਂ ਦੁਨੀਆ ਸਾਂਜਣ ਦੇ ਸੁਪਨੇ ਪੈਦਾ ਹੋਏ ਅਖੀਰ ਇਸ ਵਿੱਚੋਂ ਕਈ ਸਾਲਾਂ ਦੇ ਆਰਥਿਕ ਸੰਕਟ ਤੇ ਨਵੀਆਂ ਗੁੱਟਬੰਦੀਆਂ ਪੈਦਾ ਹੋਈਆਂ ਜਿਨ੍ਹਾਂ ਨੇ ਵਿਗਿਆਨਕ ਵਿਸ਼ਵ ਦ੍ਰਿਸ਼ਟੀ ਨੂੰ ਜਨਮ ਦਿੱਤਾ ਜਿਹੜੀ ਬਾਅਦ ਵਿੱਚ ਵਿਗਿਆਨਕ ਕ੍ਰਾਂਤੀ ਆਈ ਜਿਹਦੇ ਵਿੱਚ ਜਿਹੜੀ ਮੁਢਲੀ ਭੂਮਿਕਾ ਹੈ ਉਹ ਜਿਹੜੀ ਮਸੀਹੀ ਪ੍ਰੋਟੈਸਟੈਂਟ ਚਰਚ ਸੀਗਾ ਇਹਨਾਂ ਦੇ ਦੋ ਚਰਚ ਬਣ ਗਏ ਕੈਥੋਲਿਕ ਤੇ ਪ੍ਰੋਟੈਸਟੈਂਟ ਤੇ ਜਿਹੜਾ ਪ੍ਰੋਟੈਸਟੈਂਟ ਚਰਚ ਸੀਗਾ ਉਹਨੇ ਵਿਗਿਆਨ ਦੀ ਪੜ੍ਹਾਈ ਤੇ ਬੜਾ ਜ਼ੋਰ ਦਿੱਤਾ ਤੇ ਉਹਦੇ ਵਿੱਚ ਕੁਝ ਬੰਦਿਆਂ ਨੇ ਜਿਹੜੇ ਪਹਿਲੇ ਕੈਥੋਲਿਕ ਚਰਚ ਦੁਆਰਾ ਅਪਣਾਏ ਗਏ ਅਸੂਲ ਸਨ ਕੈਥੋਲਿਕ ਚਰਚ ਵੀ ਵਿਗਿਆਨਕ ਖੋਜਾਂ ਤੇ ਆਧਾਰਿਤ ਹੀ ਗੱਲ ਕਰ ਰਿਆ ਸੀਗਾ ਪਰ ਉਹ ਵਿਗਿਆਨਕ ਅਸੂਲ ਕੋਈ ਜਿਆਦਾ ਸਮਾਂ ਪੁਰਾਣੇ ਹੋਣ ਕਰਕੇ ਜਦੋਂ ਗਿਆਨ ਦਾ ਪੱਧਰ ਅੱਗੇ ਵਧਿਆ ਤਾਂ ਉਹਨਾਂ ਅਸੂਲਾਂ ਨੂੰ ਇੱਕ ਚੁਣੌਤੀ ਪੈਦਾ ਹੋਈ ਤੇ ਕੈਥੋਲਿਕ ਚਰਚ ਜਿਹੜਾ ਹੈ ਉਹਨੇ ਉਸ ਚੁਣੌਤੀ ਨੂੰ ਸਵੀਕਾਰ ਨਹੀਂ ਕੀਤਾ ਕੈਥੋਲਿਕ ਚਰਚ ਦੇ ਜਿਹੜੇ ਵਿਗਿਆਨਕ ਆਧਾਰ ਸਨ ਜਿਹਦੇ ਕਰਕੇ ਉਹ ਕਹਿ ਰਹੇ ਸਨ ਕਿ ਧਰਤੀ ਦੇ ਦੁਆਲੇ ਸੂਰਜ ਘੁੰਮਦਾ ਹੈ ਇਹ ਇੱਕ ਬਹੁਤ ਵੱਡਾ ਜੋਤਿਸ਼ੀ ਸੀਗਾ ਜਿਹੜਾ ਇਹਦਾ ਨਾਮ ਸੀ ਪਟੋਲਮੀ ਤੋਂ ਪਟੋਲਮੀ ਨੇ ਇੱਕ ਸਿਧਾਂਤ ਦਿੱਤਾ ਸੀਗਾ ਜਿਹਦੇ ਵਿੱਚ ਉਹਨੇ ਧਰਤੀ ਨੂੰ ਦੁਨੀਆ ਦਾ ਕੇਂਦਰ ਮੰਨਿਆ ਸੀਗਾ ਤੇ ਉਹਨੇ ਕਹੇ ਕਿ ਜਿਹੜਾ ਬਾਕੀ ਬ੍ਰਹਿਮੰਡ ਹੈ ਉਹ ਧਰਤੀ ਦੇ ਦੁਆਲੇ ਪ੍ਰਕਰਮਾ ਕਰਦਾ ਹੈ ਜਿਸ ਚੀਜ਼ ਨੂੰ ਬਾਅਦ ਵਿੱਚ ਉਹ ਜਿਹੜੀ ਚੁਣੌਤੀ ਦਿੱਤੀ ਸੀਗੀ ਉਹ ਅਗਲੇ ਵਿਗਿਆਨੀਆਂ ਨੇ ਦਿੱਤੀ ਤੇ ਇਹਦੇ ਨਾਲ ਹੀ ਕੁਝ ਚੀਜ਼ਾਂ ਜਿਹੜੀਆਂ ਉਹ ਅਰਸਤੂ ਦੁਆਰਾ ਜਿਹੜੇ ਸਥਾਪਿਤ ਕੀਤੀਆਂ ਸਨ ਉਹ ਵੀ ਇੱਥੇ ਕੰਮ ਕਰਦੀਆਂ ਸਨ। ਤੋਂ ਜਿਹੜਾ ਕੈਥੋਲਿਕ ਚਰਤ ਸੀਗਾ ਉਹ ਇਹਨਾਂ માનਤਾਵਾਂ ਦਾ ਆਧਾਰ ਨਹੀਂ ਸੀਗਾ ਜਿਹੜੀਆਂ ਪਟੋਲਮੀ ਦੇ ਉੱਤੇ ਬੇਸਡ ਸੀਗੀਆਂ। ਤੇ ਫਿਰ ਇਹਨਾਂ ਇਸ ਵਿਸ਼ਲੇਸ਼ਣ ਵਿਧੀ ਨੂੰ ਜਦੋਂ ਕਿਸੇ ਹੋਰ ਐਨਲਿਸਿਸ 'ਚੋਂ ਲੰਘਣਾ ਪਿਆ ਤੇ ਫਿਰ ਅੱਗੇ ਜਾ ਕੇ ਜਿਹੜੀ ਪ੍ਰੋਟੈਸਟੈਂਟ ਲਾਈਨ ਆ ਉਹਦੇ ਵਿੱਚੋਂ ਦੀ ਕਹਿ ਲਓ ਕਿ ਇ사ਕ ਨਿਊਟਨ ਨਾਂ ਦਾ ਜਿਹੜਾ ਇੰਗਲਿਸ਼ ਸੀਗਾ ਸਕਾਲਰ ਉਹਨੇ ਆਪਣੇ ਤਜਰਬੇ ਦੇ ਨਾਲ ਤੇ ਉਹਦੀ ਕਿਉਂਕਿ ਸਮਰੱਥਾ ਬਹੁਤ ਵੱਡੀ ਸੀ ਉਹ ਵੱਡੀ ਜੀਨੀਅਸ ਸੀਗਾ ਵੱਡੀ ਪ੍ਰਤਿਭਾ ਸੀਗੀ ਉਹਨੇ ਆਪਣੀ ਸਮਰੱਥਾ ਨਾਲ ਗ੍ਰਹਿਾਂ ਦੀ ਗਤੀ ਦਿਸ਼ਾ ਤੇ ਹੋਰ ਚੀਜ਼ਾਂ ਸੰਬੰਧੀ ਨਵੀਆਂ ਲੱਭਤਾਂ ਪੇਸ਼ ਕੀਤੀਆਂ ਉਸਨੇ 1500 ਸਨ ਦੇ ਆਸ-ਪਾਸ ਆਪਣੇ ਸਿਧਾਂਤ ਜਿਹੜੇ ਉਹ ਪੇਸ਼ ਕੀਤੇ 1543 ਵਿੱਚ ਪੋਲਿਸ਼ ਪਾਦਰੀ ਨਿਕੋਲਸ ਕੋਪਰਨਿਕਸ ਨੇ ਕ੍ਰਾਂਤੀਕਾਰੀ ਸਿਧਾਂਤ ਪੁਸਤਕ ਓਨ ਦਾ ਰੈਵੋਲੂਸ਼ਨਸ ਆਫ ਸੈਲੇਸਟੀਅਲ ਸਫੀਅਰਸ ਵਿੱਚ ਜੁਗ ਜੁਗ ਪਲਟਾਉ ਗੱਲਾਂ ਲਿਖੀਆਂ ਜਿਹਦੇ ਵਿੱਚ ਉਹਨੇ ਜਿਹੜਾ ਨਵਾਂ ਸਿਧਾਂਤ ਪੇਸ਼ ਕੀਤਾ ਇਸ ਸਾਰੇ ਬ੍ਰਹਿਮੰਡ ਦੀ ਦਿਸ਼ਾ ਚਾਲ ਸੰਬੰਧੀ ਜਿਹੜਾ ਪਟੋਲਮੀ ਦੇ ਸਿਧਾਂਤ ਨੂੰ ਕੁਝ ਚੈਲੰਜ ਜਿਹੜਾ ਆ ਪਹਿਲਾਂ ਨਿਊਟਨ ਦੁਆਰਾ ਦਿੱਤਾ ਜਾ ਚੁੱਕਾ ਸੀਗਾ ਪਰੰਤੂ ਇੱਥੇ ਆ ਕੇ ਕੋਪਰਨਿਕਸ ਨੇ ਬਿਲਕੁਲ ਹੀ ਨਵਾਂ ਸਿਧਾਂਤ ਦਿੱਤਾ ਜਿੱਥੇ ਉਸ ਨੇ ਸੂਰਜ ਨੂੰ ਕੇਂਦਰ ਵਿੱਚ ਰੱਖ ਕੇ ਬ੍ਰਹਿਮੰਡ ਦੀ ਵਿਆਖਿਆ ਕੀਤੀ ਕਿ ਅਸਲ ਵਿੱਚ ਸੂਰਜ ਦੇ ਦੁਆਲੇ ਜਿਹੜੇ ਬਾਕੀ ਗ੍ਰਹਿ ਨੇ ਉਹ ਘੁੰਮ ਰਹੇ ਨੇ ਧਰਤੀ ਵੀ ਸੂਰਜ ਦੇ ਦੁਆਲੇ ਘੁੰਮ ਰਹੀ ਹੈ ਤੇ ਇਹਦੇ ਨਾਲ ਕਹਿ ਲੋ ਕਿ ਯੁੱਗ ਪਲਟ ਗਿਆ ਜਾਂ ਕਹਿ ਲੋ ਕਿ ਸਾਰੀ ਦ੍ਰਿਸ਼ਟੀ ਹੀ ਬਦਲ ਗਈ ਇੱਕ ਨਵੀਂ ਗੱਲ ਸ਼ੁਰੂ ਹੋਈ ਜਿਸ ਨੂੰ ਬਾਅਦ ਚੋਂ ਹੈਲਿਓਸੈਂਟ੍ਰਿਜ਼ਮ ਕਿਹਾ ਗਿਆ ਤੇ ਉਸ ਨੂੰ ਜਿੰਦਾ ਜਿਲਾ ਦਿੱਤਾ ਗਿਆ ਸੀ ਜਦੋਂ ਕਿਸੇ ਬੰਦੇ ਨੇ ਸਥਾਪਿਤ ਸਿਧਾਂਤਾਂ ਦਾ ਵਿਰੋਧ ਕਰਨ ਦੇ ਲਈ ਵਿਗਿਆਨਕ ਤੌਰ ਤੇ ਜਿਹੜੀ ਤਰਕਬੂਦੀ ਦੇ ਨਾਲ ਆਪਣਾ ਸਿਧਾਂਤ ਪੇਸ਼ ਕੀਤਾ ਤਾਂ ਜਿਹੜੀਆਂ ਪਹਿਲੀਆਂ ਸਥਾਪਿਤ ਜਿਹੜੀਆਂ ਉਸ ਸਨਚਨਾਵਾਂ ਸਨ ਉਹਨਾਂ ਨੂੰ ਪ੍ਰਵਾਨ ਨਹੀਂ ਹੋਇਆ ਤੇ ਉਸ ਵਿਗਿਆਨੀ ਨੂੰ ਜਿਉਂਦਿਆਂ ਜਲਾ ਦਿੱਤਾ ਗਿਆ ਸੀਗਾ। ਤੋਂ ਇਹ ਹਿਸਟਰੀ ਦੇ ਵਿੱਚ ਜਿਹੜੇ ਸਾਰੇ ਇਹ ਬੰਦੇ ਨੇ ਜਿਹਦੇ ਵਿੱਚ ਨਿਊਟਨ ਤੋਂ ਲੈ ਕੇ ਜਦੋਂ ਮਾਡਰਨ ਜਿਹੜੀ ਐਨਲਾਈਟਮੈਂਟ ਮੂਵਮੈਂਟ ਤੱਕ ਦੀ ਇੱਕ ਹਿਸਟਰੀ ਹੈ। ਇਹ ਸਾਰਾ ਲੰਬਾ ਚੌੜਾ ਇੱਕ ਸਿਲਸਿਲਾ ਹੈ ਜਿਹਨੂੰ ਆਪਾਂ ਇੱਥੇ ਛੱਡ ਰਹੇ ਹਾਂ। ਤੋਂ ਇਹ ਤੋਂ ਅੱਗੇ ਫਿਰ ਗੱਲ ਹੁੰਦੀ ਹੈ ਕਿ ਜਿੱਥੇ ਜਾ ਕੇ ਜਿਹੜੀ ਵਿਗਿਆਨਕ ਸੋਚ ਹੈ ਵਿਗਿਆਨਕ ਦ੍ਰਿਸ਼ਟੀ ਹੈ ਇਹਦਾ ਪੱਛਮੀ ਸਮਾਜਾਂ ਦੇ ਵਿੱਚ ਕਿਉਂਕਿ ਪੱਛਮ ਦੇ ਵਿੱਚ ਇੱਕ ਸੈਟਲਮੈਂਟ ਹੋਈ ਜਿਹਦੇ ਤਹਿਤ ਪੱਛਮੀ ਸਮਾਜਾਂ ਨੇ ਆਪਣੇ ਸ਼ਹਿਰ ਪਿੰਡ ਖੇਤੀਬਾੜੀ ਨੂੰ ਨਵੇਂ ਸਿਰੇ ਤੋਂ ਵੈਸਟਫੇਲੀਆ ਸੰਧੀ ਤੋਂ ਬਾਅਦ ਨਵੇਂ ਸਿਰੇ ਤੋਂ ਵਿਚਾਰਨਾ ਸ਼ੁਰੂ ਕੀਤਾ ਕਿ ਅਸੀਂ ਆਪਣਾ ਫਿਊਚਰ ਆਪਣਾ ਜਿਹੜਾ ਭਵਿਖਿਆ ਉਹਦੇ ਨਕਸ਼ਾ ਪੈਦਾ ਕਰੀਏ ਤੇ ਜਿਹੜੀ ਇਹ ਲੜਾਈ ਝਗੜੇ ਵਾਲੀ ਸਥਿਤੀ ਹੈ ਚੋਂ ਉੱਭਰਨ ਦੀ ਕੋਸ਼ਿਸ਼ ਕਰੀਏ ਤੋ ਉਸ ਤੋਂ ਬਾਅਦ ਉਹ ਉਹਨਾਂ ਥਾਵਾਂ ਦੇ ਉੱਤੇ ਜਿਹੜੀ ਵਿਗਿਆਨਿਕ ਦ੍ਰਿਸ਼ਟੀ ਸੀਗੀ ਜਿਹੜੀ ਇੱਕ ਪ੍ਰੋਟੈਸਟੈਂਟ ਚਰਚ ਵੱਲੋਂ ਲਿਆਂਦੀ ਗਈ ਸੀਗੀ ਉਹਦਾ ਥੋੜਾ ਜਿਹਾ ਅਸਰ ਰਸੂਖ ਬਣਿਆ ਤੇ ਇਹਦੇ ਵਿੱਚ ਦੋ ਬੰਦਿਆਂ ਨੇ ਬਹੁਤ ਕੰਮ ਕੀਤਾ ਇੱਕ ਸੀਗਾ ਬੇਕਨ ਇੱਕ ਸੀਗਾ ਰੇਨੇ ਦੇਕਾਰਟ ਤੇ ਬੇਕਨ ਨੇ ਵੀ ਇੱਕ ਨਵਾਂ ਗਿਆਨ ਦਾ ਸਿਧਾਂਤ ਦਿੱਤਾ ਜਿਸ ਨੂੰ ਕਿਹਾ ਜਾਂਦਾ ਨੋਵਮ ਆਰਗਨਨ ਪਹਿਲਾਂ ਸੀਗਾ ਔਰਗਨਨ ਜਿਹੜਾ ਰਸਤੂ ਨੇ ਲਿਖਿਆ ਸੀਗਾ ਉਹਨੇ ਗਿਆਨ ਦਾ ਸ਼ਾਸਤਰ ਲਿਖਿਆ ਸੀਗਾ ਕਿ ਗਿਆਨ ਕਿਸ ਤਰ੍ਹਾਂ ਪੈਦਾ ਹੁੰਦਾ ਹੈ ਕਿਸ ਤਰ੍ਹਾਂ ਮਨੁੱਖ ਦੇ ਅੰਦਰ ਸੰਚਾਰਿਤ ਹੁੰਦਾ ਹੈ ਤੇ ਗਿਆਨ ਦਾ ਸਰੂਪ ਕੀ ਹੁੰਦਾ ਇਹਦੇ ਸਬੰਧੀ ਕੁਝ ਮੋਢਲੀਆਂ ਗੱਲਾਂ ਜਿਹੜੀਆਂ ਸਨ ਉਹ ਰਸਤੂ ਨੇ ਕੀਤੀਆਂ ਸਨ ਜਿਸ ਤੋਂ ਅੱਗੇ ਆ ਕੇ ਫਿਰ ਬੇਕਰ ਨੇ ਨਵੇਂ ਸਿਰੇ ਤੋਂ ਕੀਤੀਆਂ ਤੇ ਉਹਨਾਂ ਪਹਿਲੀਆਂ ਚੀਜ਼ਾਂ ਨੂੰ ਉਹਨੇ ਸੋਧ ਵੀ ਕੀਤੀ ਉਹਨਾਂ ਦੇ ਵਿੱਚ ਤੇ ਕੁਝ ਨਵੀਆਂ ਚੀਜ਼ਾਂ ਵੀ ਪਾਇਦਾ ਕੀਤੀ ਉਹਨੂੰ ਨੋਵਮ ਔਰਗਨਮ ਕਹਿੰਦੇ ਨੇ ਉਸ ਤੋਂ ਬਾਅਦ ਇੱਕ ਤੀਸਰੀ ਚੀਜ਼ ਵੀ ਆਈ ਜਿਹੜੀ ਰਸ਼ੀਅਨ ਮੈਥਮੈਟਿਸ਼ੀਅਨ ਸੀਗਾ ਪੀਡੀਓ ਸਪੈਂਸਕੀ ਉਹਨੇ ਟਰਸ਼ੀਅਮ ਔਰਗਨਮ ਲਿਖ ਉਹ ਕਿਤਾਬ ਹੁਣ ਕਿਸੇ ਸਿੰਘ ਨੇ ਪੰਜਾਬੀ ਟ੍ਰਾਂਸਲੇਟ ਵੀ ਕੀਤੀ ਹੈ। ਤੋਂ ਪੰਜਾਬੀ ਦੇ ਵਿੱਚ। ਤੋਂ ਪਹਿਲਾਂ ਜੋ ਸੰਤ ਚਿਰ ਹੋ ਗਿਆ ਪੜੀ ਨੂੰ ਹੁਣ ਉਹ ਚੀਜ਼ਾਂ ਜਿਹੜੀਆਂ ਨੇ ਪਹਿਲੀ ਜਿਹੜੀ ਮੁੱਢਲੀ ਗੱਲ ਸੀਗੀ ਉਹ ਅਰਸਤੂ ਤੋਂ ਸ਼ੁਰੂ ਹੋਈ। ਦੂਸਰੀ ਜਿਹੜੀ ਵੱਡੀ ਗੱਲ ਸੀਗੀ ਉਹ ਬੇਕਨ ਤੇ ਆਈ ਤੇ ਬੇਕਨ ਨੇ ਕੁਝ ਸਿਧਾਂਤ ਦਿੱਤੇ। ਉਹਨੇ ਕਿਹਾ ਕਿ ਜਿਹੜੀ ਅਸਲੀ ਤਾਕਤ ਹੈ ਉਹ ਗਿਆਨ ਵਿੱਚ ਹੈ। ਉਹਦੀ ਇਹ ਗੱਲ ਬਹੁਤ ਮਸ਼ਹੂਰ ਹੋਈ ਤੇ ਸਾਰੇ ਲੋਕਾਂ ਨੇ ਇਹਨੂੰ ਅਪਣਾ ਲਿਆ ਤੇ ਇਹ ਉਸ ਤੋਂ ਦੇ ਸੱਭਿਆਚਾਰ ਵਿੱਚ ਇੱਕ ਸੰਚਾਰਿਤ ਹੋ ਗਈ। ਉਹਦਾ ਸੱਭਿਆਚਾਰਕ ਹਿੱਸਾ ਆ। ਕਿ ਨੌਲੇਜ ਇਜ਼ ਪਾਵਰ ਕਿ ਅਸਲੀ ਤਾਕਤ ਗਿਆਨ ਵਿੱਚ ਹੈ ਤੋ ਇਸ ਕਰਕੇ ਉਹਨਾਂ ਨੇ ਗਿਆਨ ਪੈਦਾ ਕਰਨ ਤੇ ਗਿਆਨ ਪ੍ਰਾਪਤ ਕਰਨ ਉਤੇ ਬਹੁਤ ਜ਼ੋਰ ਲਾਇਆ ਇਸ ਕਰਕੇ ਉੱਥੇ ਐਜੂਕੇਸ਼ਨ ਦੀਆਂ ਸੰਸਥਾਵਾਂ ਵਿਕਸਿਤ ਹੋਈਆਂ ਜਿਹਦੇ ਵਿੱਚ ਕਿਉਂਕਿ ਪਹਿਲਾਂ ਵੀ ਉੱਥੇ ਕਲਚਰ ਸੀਗਾ ਯੂਨੀਵਰਸਿਟੀਆਂ ਬਹੁਤ ਪੁਰਾਣੀਆਂ ਨੇ ਉੱਥੇ ਤੇ ਉਹਨਾਂ ਨੇ ਹੋਰ ਇਹਨੂੰ ਜ਼ਿਆਦਾ ਸੰਸਥਾਗਤ ਤੌਰ ਤੇ ਕੀਤਾ ਤੇ ਰਾਜ ਨੇ ਫਿਰ ਇਹਦੇ ਉੱਤੇ ਪੈਸਾ ਖਰਚ ਕੀਤਾ ਕਿ ਜਿਹੜੇ ਜਿਹੜੀ ਜਿਹੜੇ ਵੀ ਰਾਜ ਕੋਲ ਗਿਆਨ ਦੇ ਭੰਡਾਰ ਜ਼ਿਆਦਾ ਨੇ ਜਿਹੜੇ ਰਾਜ ਕੋਲ ਗਿਆਨ ਪ੍ਰਾਪਤ ਕਰਨ ਵਾਲੇ ਲੋਕ ਜਿਆਦਾ ਨੇ ਉਹਦੇ ਕੋਲ ਹੀ ਜ਼ਿਆਦਾ ਤਾਕਤ ਹੈ ਇਸੇ ਤਰ੍ਹਾਂ ਫਿਰ ਦੂਸਰਾ ਬੰਦਾ ਸੀਗਾ ਰੇਨੇਂ ਦੇਕਾਰ ਉਹਨੇ ਵੀ ਬਹੁਤ ਜ਼ਿਆਦਾ ਕੰਮ ਕੀਤਾ ਜਿਹਦਾ ਕਰਕੇ ਇਹ ਉਸ ਸਾਰੇ ਸਮਾਜ ਦੇ ਵਿੱਚ ਇਹ ਦੀ ਇੱਕ ਗੱਲੋਕੇ ਅਸਰ ਸੂਖ ਬਣਿਆ ਵਿਗਿਆਨਿਕ ਦ੍ਰਿਸ਼ਟੀ ਦਾ ਉਸ ਤੋਂ ਬਾਅਦ ਫਿਰ ਇਸ ਵਿਗਿਆਨਿਕ ਦ੍ਰਿਸ਼ਟੀ ਦੇ ਨਾਲ ਇੱਕ ਚਰਚਾ ਆਰੰਭ ਹੋਈ ਉਹ ਚਰਚਾ ਸੀਗੀ ਕਿ ਜਿਹੜਾ ਧਰਮ ਹੈ ਤੇ ਵਿਗਿਆਨ ਹੈ ਇਹਦਾ ਆਪਸ ਵਿੱਚ ਇੱਕ ਵਿਰੋਧ ਪੈਦਾ ਹੋ ਗਿਆ ਤੇ ਉਸ ਵਿਰੋਧ ਦੇ ਵਿੱਚੋਂ ਕੁਝ ਨਵੇਂ ਕਿਸਮ ਦੇ ਸਮਾਜਿਕ ਢਾਂਚਿਆਂ ਦਾ ਜਨਮ ਹੋਇਆ ਜਿਹਦੇ ਵਿੱਚ ਪੱਛਮ ਦੀ ਤੌਰ ਧਾਰਮਿਕ ਦੀ بجائے ਸੈਕੂਲਰ ਹੋ ਗਈ ਕਿਉਂਕਿ ਉੱਥੇ ਜਿਹੜਾ ਧਰਮ ਸੀਗਾ ਉੱਥੇ ਯੂਰਪ ਦੀ ਆਪਣੀ ਇੱਕ ਵੱਖਰੀ ਕਿਸਮ ਦੀ ਮਸੀਹੀਅਤ ਸੀ ਜਿਹੜੀ ਅਰਬ ਦੀ ਮਸੀਹੀਅਤ ਤੋਂ ਵੱਖਰੀ ਸੀ ਉਹਦਾ ਜੇ ਵੱਡਾ ਫਰਕ ਦੇਖਣਾ ਹੋਵੇ ਤਾਂ ਉਹ ਇਹ ਹੈ ਕਿ ਜਿਹੜੇ ਅਰਬ ਦੇ ਵਿੱਚ ਮਸੀਹੀ ਲੋਕ ਪੈਦਾ ਹੋਏ ਪ੍ਰਾਚਨ ਉਹ ਕੁਦਰਤੀ ਸਰੂਪ ਵਿੱਚ ਸਨ ਭਾਵ ਕਿ ਉਹਨਾਂ ਦੇ ਕੇਸ ਦਾੜੀ ਸਾਬਤ ਸਨ ਪਰੰਤੂ ਜਦੋਂ ਹੀ ਇਹ ਯੂਰਪ ਵਿੱਚ ਪਹੁੰਚਦੀ ਆ ਤਾਂ ਉੱਥੇ ਜਾ ਕੇ ਜਿਹੜੇ 크੍ਰਿਸਚੀਅਨ ਲੋਕ ਨੇ ਉਹ ਕੇਸ ਦਾੜੀ ਤੋਂ ਬਿਨਾਂ ਕਲਿਨਸ਼ੀਵਨ ਹੋ ਜਾਂਦੇ ਨੇ ਤੇ ਅੱਗੋਂ ਫਿਰ ਅੱਗੇ ਜਾ ਕੇ ਫਿਰ ਰਸ਼ੀਅਨ ਇੱਕ ਬਾਦਸ਼ਾ ਪੀਟਰ ਦੀ ਗ੍ਰੇਟ ਜਿਹਨੂੰ ਕਹਿੰਦੇ ਆ ਤੇ ਉਹਨੇ ਫਿਰ ਇਹ ਹੁਕਮ ਜਾਰੀ ਕੀਤਾ ਸੀ ਰਸ਼ੀਆ ਦੇ ਵਿੱਚ ਕਿਉਂਕਿ ਉਹ ਰਸ਼ੀਆ ਨੂੰ ਆਧੁਨਿਕ ਕਰਨਾ ਚਾਹੁੰਦਾ ਹੈ ਮੋਡਰੇਟ ਕਰਨਾ ਚਾਹੁੰਦਾ ਸੀਗਾ ਵੈਸਟ ਦੀ ਤਰਜ਼ ਤੇ ਤੇ ਉਹਦਾ ਇੱਕ ਹੁਕਮ ਹੈ ਜਿਹੜਾ ਬੜੇ ਮਤਲਬ ਮਜ਼ਾਕ ਨਾਲ ਵੱਖ-ਵੱਖ ਥਾਵਾਂ ਤੇ ਕਾਰਟੂਨਾਂ ਦੇ ਰੂਪ ਚ ਪੇਸ਼ ਕੀਤਾ ਜਾਂਦਾ ਉਸ ਨੇ ਕਿਹਾ ਸੀ ਵੀ ਜਿਹੜਾ ਬੰਦਾ ਦਾੜੀ ਰੱਖਣਾ ਚਾਹੁੰਦਾ ਵਾ ਉਹ ਟੈਕਸ ਦੇਊਗਾ ਵੀ ਜੇ ਤੁਸੀਂ ਦਾੜੀ ਰੱਖਣਾ ਚਾਹੁੰਦੇ ਹੋ ਤੇ ਟੈਕਸ ਦਿਓ ਤੇ ਉਹ ਜਿਹੜੇ ਰਸ਼ੀਅਨ ਲੋਕ ਸੀਗੇ ਉਹ ਵੀ ਕੇਸ ਦਾੜੀ ਸਾਬਤ ਰੱਖਦੇ ਸਨ ਤੇ ਉਹਨਾਂ ਨੇ ਫਿਰ ਮਜਬੂਰੀ ਵਸ ਤੇ ਟੈਕਸ ਤੋਂ ਬਚਣ ਦੇ ਲਈ ਉਹਨਾਂ ਨੇ ਆਪਣੀਆਂ ਕੇਸ ਦਾੜੀਆਂ ਕਟਵਾ ਲਏ ਪਰ ਉਹਨਾਂ ਨੇ ਉਹ ਸੰਭਾਲ ਕੇ ਰੱਖ ਲਏ ਤੇ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਮਰੀਏ ਤਾਂ ਸਾਡੇ ਤਬੂਤਾਂ ਵਿੱਚ ਸਾਡੇ ਨਾਲ ਦਫਨ ਕਰ ਦਿੱਤੇ ਜਾਂਦੇ ਇਹ ਵੀ ਇੱਕ ਹਿਸਟਰੀ ਹੈ ਇਹ ਰਸ਼ੀਆ ਦੀ ਹੈ ਪਰ ਇਹ ਹਿਸਟਰੀ ਇਸ ਕਰਕੇ ਸੀ ਕਿ ਪੀਟਰ ਚਾਹੁੰਦਾ ਸੀ ਕਿ ਮੈਂ ਰੂਸ ਨੂੰ ਪੱਛਮ ਦੀ ਤਰਜ਼ ਦੇ ਉੱਤੇ ਕਿਉਂਕਿ ਰੂਸ ਪੱਛਮ ਵਿੱਚ ਨਹੀਂ ਆਉਂਦਾ ਇਹ ਯੂਰੇਸ਼ੀਆ ਨੂੰ ਵੱਖਰੇ ਤੌਰ ਤੇ ਕਿਹਾ ਜਾਂਦਾ ਤੇ ਉਹਦੀ ਤਰਜ਼ ਦੇ ਉੱਤੇ ਮੈਂ ਰੂਸ ਨੂੰ ਵੀ ਮੋਡਰੇਟ ਕਰਾਂ ਇਹ ਮੈਂ ਵੱਖਰੇ ਤੌਰ ਤੇ ਇਸ ਕਰਕੇ ਦੱਸ ਰਿਹਾ ਵੀ ਪੱਛਮ ਦੀ ਜਿਹੜੀ ਕ੍ਰਿਸਚੀਅਨਿਟੀ ਹੈ ਉਹਦੇ ਵਿੱਚ ਕੁਝ ਚੀਜ਼ਾਂ ਜਿਹੜੀ ਅਰਬ ਦੀ ਕ੍ਰਿਸਚੀਅਨਿਟੀ ਉਹਦੇ ਨਾਲੋਂ ਵੱਖਰੀਆਂ ਆਈਆਂ ਉੱਥੇ ਇੱਕ ਵੱਖਰੀ ਦ੍ਰਿਸ਼ਟੀ ਪੈਦਾ ਹੋਈ ਇੱਕ ਫਿਲਾਸਫੀ ਦਾ ਸਕੂਲ ਹੈ ਜਿਹੜਾ ਅਰਬ ਤੋਂ ਚੱਲਦਾ ਹੋਇਆ ਇਟਲੀ ਪਹੁੰਚਿਆ ਤੇ ਉਹ ਰੋਮਨ ਅੰਪਾਇਰ ਦੇ ਵਿੱਚ ਸ਼ਾਮਲ ਹੋਇਆ ਤੇ ਉਹਦੇ ਹਿਸਾਬ ਨਾਲ ਰੋਮਨ ਅੰਪਾਇਰ ਨੇ ਬਹੁਤ ਸਾਰੀਆਂ ਚੀਜ਼ਾਂ ਪੈਦਾ ਕੀਤੀਆਂ ਜਿੱਚੋਂ ਰੈਨੇਸਾਂ ਜਾਂ ਪੁਨਰ ਜਾਗਰਤੀ ਲਹਿਰ ਜਿਹੜੀ ਆ ਉਹ ਪੈਦਾ ਹੋਈ ਉਹ ਵੀ ਇੱਕ ਬੜਾ ਵੱਡਾ ਸਿਲਸਿਲਾ ਹੈ ਜਿਹਦੇ ਸੰਬੰਧੀ ਆਪਾਂ ਪਹਿਲਾਂ ਇੰਟਰਨੈਟ ਉੱਤੇ ਕਾਫੀ ਜਾਣਕਾਰੀ ਸਾਂਝੀ ਕਰ ਚੁੱਕੇ ਹਾਂ ਤੇ ਹੋਰ ਵੀ ਵਿਦਵਾਨਾਂ ਨੇ ਇੱਥੇ ਕਾਫੀ ਕੰਮ ਕੀਤਾ ਹੋਇਆ। ਤੋਂ ਮੈਂ ਆਪਣੇ ਪਰਚੇ ਦੇ ਵਿੱਚ ਜਿਹੜਾ ਉਹ ਦੂਜੇ ਹਿੱਸੇ ਤੇ ਆਉਂਦਾ ਹਾਂ ਜਿਹੜਾ ਪਹਿਲਾ ਹਿੱਸਾ ਹੈ ਉਹਦੇ ਉਹਦੇ ਵਿੱਚ ਇਹ ਹੈ ਕਿ ਜਦੋਂ ਵੱਖ-ਵੱਖ ਬੰਦਿਆਂ ਨੇ ਕੰਮ ਕਰਦਿਆਂ ਹੋਇਆਂ ਯੂਰਪ ਨੂੰ ਇੱਕ ਨਵੀਂ ਤਰ੍ਹਾਂ ਦੇ ਸੱਭਿਆਚਾਰ ਵਿੱਚ ਢਾਲਿਆ ਤੇ ਜਿਹੜਾ ਕਿ ਪੁਰਾਤਨ ਯੂਰਪ ਨਾਲੋਂ ਬਿਲਕੁਲ ਹੀ ਵੱਖਰੀ ਤਰ੍ਹਾਂ ਦਾ ਸੱਭਿਆਚਾਰ ਸੀਗਾ ਤੇ ਇਹਦੇ ਵਿੱਚ ਵੀ ਫਿਰ ਨਵੀਆਂ ਵਿਸ਼ਵ ਦ੍ਰਿਸ਼ਟੀਆਂ ਪੈਦਾ ਹੋਈਆਂ ਤੇ ਉਹ ਵਿਸ਼ਵ ਦ੍ਰਿਸ਼ਟੀਆਂ ਦੂਜੀਆਂ ਵਿਸ਼ਵ ਦ੍ਰਿਸ਼ਟੀਆਂ ਨਾਲ ਟਕਰਾਅ ਵਿੱਚ ਵੀ ਆਉਂਦੀਆਂ ਨੇ ਇਹਦੇ ਵਿੱਚੋਂ ਦੀ ਇੱਕ ਫਿਰ ਨਵੀਂ ਚੀਜ਼ ਪੈਦਾ ਹੋਈ ਜਿਹੜਾ ਇਹ ਨਵਾਂ ਵਿਸ਼ਵ ਸੀਗਾ ਨਵਾਂ ਵੈਸਟ ਬਣਿਆ ਇਹਦੇ ਵਿੱਚ ਕੁਝ ਜਿਹੜੇ ਸ਼ਹਿਰੀ ਲੋਕ ਸਨ ਉਹਨਾਂ ਦੀਆਂ ਲੋੜਾਂ ਵਧ ਗਈਆਂ ਬਹੁਤ ਜ਼ਿਆਦਾ ਕਿਉਂਕਿ ਜਦੋਂ ਨਵੇਂ ਤਰ੍ਹਾਂ ਦਾ ਸਮਾਜ ਬਣਿਆ ਤਾਂ ਉਹਦੇ ਵਿੱਚ ਸ਼ਹਿਰ ਕੇਂਦਰ ਵਿੱਚ ਆ ਗਿਆ ਵਪਾਰ ਕੇਂਦਰ ਵਿੱਚ ਆ ਗਿਆ ਤਾਂ ਪਹਿਲਾਂ ਜਿਹੜਾ ਸੀਗਾ ਜੰਗ ਦੇ ਰਾਹੀਂ ਵਿਸਤਾਰ ਹੁੰਦਾ ਸੀਗਾ ਤੇ ਫਿਰ ਜਦੋਂ ਲੋਕਾਂ ਨੇ ਸ਼ਾਂਤੀਪੂਰਵਕ ਤਰੀਕੇ ਨਾਲ ਅੱਗੇ ਵਧਣਾ ਸੀਗਾ ਤਾਂ ਫਿਰ ਵਿਕਾਸ ਦੇ ਲਈ ਉਹਨਾਂ ਨੇ ਜਿਹੜਾ ਉਹ ਵਪਾਰੀ ਰਸਤੇ ਨੂੰ ਅਪਣਾਇਆ ਤੇ ਵੱਡੇ ਵਪਾਰ ਦੇ ਰਾਹੀਂ ਵਿਸ਼ਵ ਵਪਾਰ, ਵਿਸ਼ਵ ਮੰਡੀ, ਵਿਸ਼ਵ ਆਰਥਿਕਤਾ ਇਹੋ ਜੇ ਸੰਕਲਪ ਜਿਹੜੇ ਉਹ ਪੈਦਾ ਹੋਏ ਤੇ ਉਹਦੇ ਵਿੱਚ ਫਿਰ ਕੀ ਹੋਇਆ ਕਿ ਜਿਹੜੀਆਂ ਉੱਥੋਂ ਦੇ ਸਮਾਜ ਦੇ ਵਿੱਚ ਪੱਛਮੀ ਸਮਾਜ ਦੇ ਵਿੱਚ ਇੱਕ ਖਪਤ ਸੱਭਿਆਚਾਰ ਪੈਦਾ ਹੋਇਆ ਕਿ ਜਦੋਂ ਵਪਾਰ ਵਧਿਆ ਤੇ ਲੋਕਾਂ ਦੇ ਕੋਲ ਪੂੰਜੀਵਦੀ ਇਹਦਾ ਵੀ ਇੱਕ ਸਿਲਸਿਲਾ ਆ ਕਿ ਪਹਿਲਾਂ ਪੱਛਮ ਨੇ ਵਿਗਿਆਨਕ ਵਿਸ਼ਵ ਦ੍ਰਿਸ਼ਟੀ ਤੇ ਜ਼ੋਰ ਦਿੱਤਾ ਵਿਗਿਆਨਕ ਵਿਸ਼ਵ ਦ੍ਰਿਸ਼ਟੀ ਨਾਲ ਵਿਗਿਆਨ ਤੇ ਤਕਨੀਕ ਪੈਦਾ ਹੋਈ ਵਿਗਿਆਨ ਤੇ ਤਕਨੀਕ ਨੇ ਉਤਪਾਦਨ ਨੂੰ ਵਧਾ ਦਿੱਤਾ ਚਾਹੇ ਉਹ ਖੇਤੀ ਦਾ ਉਤਪਾਦਨ ਸੀਗਾ ਚਾਹੇ ਉਹ ਕਾਰਖਾਨਿਆਂ ਦਾ ਉਤਪਾਦਨ ਸੀਗਾ ਉਹਦੀ ਮਾਤਰਾ ਵਧਾ ਦਿੱਤੀ ਬਹੁਤ ਜ਼ਿਆਦਾ ਮਾਤਰਾ ਵਧਾ ਦਿੱਤੀ ਤੇ ਉਹਨੂੰ ਫਿਰ ਖਪਤ ਕਰਨ ਦੇ ਲਈ ਉੱਥੇ ਇੱਕ ਖਪਤ ਸੱਭਿਆਚਾਰ ਪੈਦਾ ਹੋਇਆ ਜਿਹੜੀ ਉਹ ਵਾਫਰ ਚੀਜ਼ਾਂ ਪੈਦਾ ਹੋ ਰਹੀਆਂ ਨੇ ਤੇ ਇਹਦੇ ਨਾਲ ਨਾਲ ਹੀ ਪੱਛਮੀ ਸਮਾਜਾਂ ਨੇ ਵਾਫਰ ਪੂੰਜੀ ਪੈਦਾ ਕਰਨ ਦੇ ਤਰੀਕੇ ਲੱਭੇ ਤੇ ਇਸ ਤਰ੍ਹਾਂ ਇਹ ਸਾਰਾ ਕੁਝ ਆਪਸ ਵਿੱਚ ਜੁੜਿਆ ਹੋਇਆ ਹੈ ਜਿੱਥੇ ਵਾਫਰ ਪੂੰਜੀ ਪੈਦਾ ਹੁੰਦੀ ਆ ਉੱਥੇ ਇਸ ਤਰ੍ਹਾਂ ਦਾ ਖਪਤ ਸੱਭਿਆਚਾਰ ਵੀ ਪੈਦਾ ਹੁੰਦਾ ਆ ਉੱਥੇ ਜਿਹੜੇ ਆ ਉਹ ਵਪਾਰ ਦੇ ਵੱਡੇ ਰਸਤੇ ਪੈਦਾ ਹੁੰਦੇ ਤੋਂ ਇਹ ਜਿਹੜਾ ਵਪਾਰ ਆ ਇਹ ਫਿਰ ਆਪਣੀ ਧਰਤੀ ਤੇ ਉੱਤੇ ਬਾਕੀ ਥਾਵਾਂ ਤੋਂ ਚੀਜ਼ਾਂ ਲੈ ਕੇ ਆਉਣ ਵੱਲ ਸਫ਼ਰ ਕਰਦਾ ਹੈ ਕਿਉਂਕਿ ਜਿਹੜਾ ਪੱਛਮ ਆ ਉਹਦੇ ਵਿੱਚ ਚੀਜ਼ਾਂ ਦੀ ਮੰਗ ਵੱਧਦੀ ਆ ਕਿ ਉਹਨਾਂ ਨੂੰ ਚੀਨ ਦੇ ਭਾਂਡੇ ਚਾਹੀਦੇ ਆ ਉਹਨਾਂ ਨੂੰ ਇੰਡੀਆ ਤੋਂ ਗਰਮ ਮਸਾਲੇ ਚਾਹੀਦੇ ਆ ਉਹਨਾਂ ਨੂੰ ਚੀਨ ਤੋਂ ਰੇਸ਼ਮੀ ਕੱਪੜਾ ਚਾਹੀਦਾ ਆ ਉਹਨਾਂ ਨੂੰ ਇੱਥੋਂ ਆ ਜਿਹੜੇ ਸਾਡੇ ਤੁਰਕੀ ਤੇ ਇਹ ਮੁਲਕ ਸਨ ਇਹਨਾਂ ਮੁਲਕਾਂ ਤੋਂ ਕਾਲੀਨ ਚਾਹੀਦੇ ਸਨ ਤਾਂ ਉਹ ਇਹਨਾਂ ਚੀਜ਼ਾਂ ਨੂੰ ਫਿਰ ਢੋਆ ਢਵਾਈ ਕਰਨ ਦੇ ਲਈ ਜਿਹੜੇ ਜਹਾਜ਼ਦਾਨ ਆ ਉਹਨਾਂ ਦੀ ਇੱਕ ਕੇਂਦਰੀ ਥਾਂ ਬਣਦੀ ਆ ਜਿਹਦੇ ਵਿੱਚ ਡੱਚ ਲੋਕ ਜਿਹੜੇ ਆ ਉਹ ਪੁਰਤਗੀਜ਼ ਲੋਕ ਜਿਹੜੇ ਆ ਉਹ ਬਹੁਤ ਆਲਾ ਦਰਜੇ ਦੇ ਜਹਾਜ਼ਾਂ ਰਾਨ ਸਨ ਜਹਾਜ਼ ਬਣਾਉਣ ਵਾਲੇ ਤੇ ਜਹਾਜ਼ਾਂ ਨੂੰ ਤੋੜਨ ਵਾਲੇ ਸਨ ਤੇ ਫਿਰ ਉਹਦੇ ਨਾਲ ਜਿਹੜੀ ਡੱਚ ਸੁਪਰੀਮਸੀ ਆ ਉਹ ਦੁਨੀਆ ਦੇ ਉੱਤੇ ਪੈਦਾ ਹੁੰਦੀ ਹੈ ਤੇ ਇਹਦੇ ਨਾਲ ਇੱਕ ਦੁਨੀਆ ਦੇ ਉੱਤੇ ਕਨਸੈਪਟ ਪੈਦਾ ਹੁੰਦਾ ਉਹਨੂੰ ਕਹਿੰਦੇ ਨੇ ਅਟਲੈਂਟਿਕ ਪ੍ਰਬੰਧ ਜਾਂ ਅਟਲੈਂਟਿਕ ਸਿਸਟਮ ਕਿਉਂਕਿ ਜਿੰਨੇ ਵੀ ਇਹ ਦੁਨੀਆ ਦੇ ਸੀ ਰੂਟ ਸੀਗੇ ਉਹ ਜ਼ਿਆਦਾ ਅਟਲੈਂਟਿਕ ਦੇ ਵਿੱਚੋਂ ਲੰਘ ਕੇ ਜਾਂਦੇ ਸੀਗੇ ਤੇ ਫਿਰ ਜਿਹੜਾ ਅਟਲੈਂਟਿਕ ਸਾਗਰ ਆ ਉਹ ਦੁਨੀਆ ਦੇ ਨਕਸ਼ੇ ਵਿੱਚ ਮਹੱਤਵਪੂਰਨ ਥਾਂ ਗ੍ਰਹਿਣ ਕਰਦਾ ਤੇ ਉੱਥੇ ਫਿਰ ਕਈ ਤਰ੍ਹਾਂ ਦੀਆਂ ਸੰਧੀਆਂ ਤੇ ਕਈ ਤਰ੍ਹਾਂ ਦੇ ਨਵੇਂ ਕਾਨੂੰਨ ਪੈਦਾ ਹੁੰਦੇ ਆ ਤੇ ਇਹ ਦੇਖੋ ਜਿਹੜਾ ਇਹ ਨਵੀਂ ਚੀਜ਼ ਪੈਦਾ ਹੋ ਰਹੀ ਆ ਦੁਨੀਆ ਦੇ ਉੱਤੇ ਸੀ ਰੂਟ ਦੇ ਵਿੱਚ ਜਿਹੜੀ ਇਹ ਕਹਿ ਲਓ ਕਿ ਨੈਵੀਗੇਸ਼ਨ ਹੋ ਰਹੀ ਆ ਜਿਹੜਾ ਸਫ਼ਰ ਕਰ ਰਹੇ ਨੇ ਲੋਕ ਉਹਦਾ ਬੇਸ ਵਪਾਰ ਤੇ ਭੋਗਵਾਦੀ ਸਭਿਆਚਾਰ ਹੈ ਉਹਦਾ ਆਧਾਰ ਇਹ ਆ ਕਿ ਲੋਕਾਂ ਨੂੰ ਚੀਜ਼ਾਂ ਲਿਆ ਕੇ ਦੇਣੀਆਂ ਨੇ ਤੇ ਵੱਖ-ਵੱਖ ਥਾਵਾਂ ਤੋਂ ਚੀਜ਼ਾਂ ਖਰੀਦਣੀਆਂ ਨੇ ਤੇ ਫਿਰ ਪੱਛਮ ਵਿੱਚ ਜਾ ਕੇ ਵੇਚਣੀਆਂ ਨੇ ਤਾਂ ਉਹਦਾ ਆਧਾਰ ਵਪਾਰ ਤੇ ਫਿਰ ਉਹਦੇ ਨਾਲ ਪੂੰਜੀ ਪੈਦਾ ਹੋ ਰਹੀ ਆ ਉਹਦੇ ਨਾਲ ਫਿਰ ਉਹਨਾਂ ਨੂੰ ਦੂਜੀਆਂ ਧਰਤੀਆਂ ਦੀ ਜਾਣਕਾਰੀ ਹੁੰਦੀ ਹੈ ਵੀ ਹੋਰ ਥਾਵਾਂ ਤੇ ਵੀ ਧਰਤੀ ਤੇ ਸੱਭੇਤਾ ਹੈਗੀ ਹੈ ਤੇ ਉੱਥੋਂ ਫਿਰ ਉਹਨਾਂ ਦੇ ਮਨ ਵਿੱਚ ਇਹ ਚੀਜ਼ ਵਿਚਾਰ ਜਨਮ ਲੈਂਦਾ ਹੈ ਕਿ ਕਿਉਂ ਨਾ ਹੋਵੇ ਕਿ ਅਸੀਂ ਉਤਪਾਦਨ ਦੇ ਵਿੱਚ ਆਈਏ ਜਿੱਥੇ ਵੀ ਖੇਤੀ ਹੋ ਸਕਦੀ ਹੈ ਜਿੱਥੇ ਵੀ ਜਿੰਸ ਪੈਦਾ ਹੋ ਸਕਦੀ ਹੈ ਉਹ ਜਿੰਸ ਅਸੀਂ ਆਪ ਜਾ ਕੇ ਪੈਦਾ ਕਰੀਏ ਤੇ ਇਹਦੇ ਵਿੱਚੋਂ ਫਿਰ ਉਹਨਾਂ ਦਾ ਦੂਸਰੀਆਂ ਧਰਤੀਆਂ ਨੂੰ ਆਪਣੇ ਅਧੀਨ ਕਰਨ ਦਾ ਇਹ ਵਿਚਾਰ ਆ ਸੁਪਨਾ ਆ ਉਹ ਜਨਮ ਲੈਂਦਾ ਹੈ ਤੇ ਉਹ ਫਿਰ ਖੇਤੀ ਦੇ ਵਿੱਚ ਇੱਕ ਕਿਸਮ ਦੀ ਕ੍ਰਾਂਤੀ ਲੈ ਕੇ ਆਉਂਦੇ ਜਿਵੇਂ ਸਾਡੇ ਇੱਥੇ ਗ੍ਰੀਨ ਰੈਵੋਲੂਸ਼ਨ 1960 ਸੁੱਟ ਚ ਆਇਆ ਇਹ ਉੱਥੇ ਉਸ ਵੇਲੇ 1500 ਤੋਂ ਬਾਅਦ 1550 ਤੋਂ ਬਾਅਦ 1600 ਸਨ ਦੇ ਵਿੱਚ ਇੱਥੇ ਕਿਤੇ ਪੱਛਮ ਦੇ ਵਿੱਚ ਇਹ ਚੀਜ਼ਾਂ ਪੈਦਾ ਹੋ ਰਹੀਆਂ ਸਨ ਤੇ ਉਹਦੇ ਵਿੱਚ ਕੀ ਸਕੇਗਾ ਕਿ ਫਿਰ ਬ੍ਰਿਟਾਨੀਆਂ ਦੀ ਜਿਹੜੀ ਘਰੇਲੂ ਉਤਪਾਦਨ ਆ ਉਹ 40% ਤੋਂ ਜ਼ਿਆਦਾ ਵੱਧ ਗਿਆ ਕਿ ਉਹਨਾਂ ਨੇ ਇੰਨੀ ਜ਼ਿਆਦਾ ਪੈਦਾਵਾਰ ਕੀਤੀ ਖੇਤੀ ਦੇ ਵਿੱਚ ਜਿੱਥੇ ਉਹਨਾਂ ਨੇ ਕਣਕ ਤੇ ਹੋਰ ਚੀਜ਼ਾਂ ਪੈਦਾ ਕੀਤੀਆਂ ਜਿਹੜੀਆਂ ਉਹਨਾਂ ਦੀ ਘਰੇਲੂ ਲੋੜਾਂ ਆਪਣੇ ਦੇਸ਼ ਦੀ ਮੰਡੀ ਤੋਂ ਇਲਾਵਾ ਵਿਸ਼ਵ ਮੰਡੀ ਵਿੱਚ ਵੇਚਣ ਲਈ ਉਹਨਾਂ ਦੇ ਕੋਲ 40% ਦੇ ਕਰੀਬ ਪਹਿਲਾਂ ਤੋਂ ਵਧੇਰੇ ਉਪਜ ਸੀਗੀ ਜਿਹੜੀ ਉਹਨਾਂ ਨੇ ਵੇਚੀ ਤੇ ਇਸ ਤੋਂ ਇਲਾਵਾ ਉੱਥੇ ਜਿਹੜੀ ਵਿਦੇਸ਼ੀ ਵਸਤਾਂ ਦੀ ਮੰਡੀ ਸੀਗੀ ਜਿਹਦੇ ਵਿੱਚ ਕਾਫੀ ਇੱਕ ਬੜਾ ਵੱਡਾ ਪ੍ਰੋਡਕਟ ਸੀਗਾ ਇਹ ਵੀ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਜਿਹੜੀ ਬੜੀ ਹਾਸੇ ਵਾਲੀ ਗੱਲ ਹੈ ਕਿ ਇੱਕ ਬੰਦੇ ਨੇ ਕਿਸੇ ਨੂੰ ਕਾਵਾ ਪੀਂਦਾ ਵੇਖ ਲਿਆ ਤੇ ਉਹ ਉਹ ਗੱਲ ਕਈ ਮੁਲਕਾਂ ਨੂੰ ਗੁਲਾਮ ਬਣਾਉਣ ਦਾ ਕਾਰਨ ਬਣੀ ਕਿਉਂਕਿ ਪਹਿਲਾਂ ਯੂਰਪ ਨੂੰ ਕਾਵੇ ਦਾ ਪਤਾ ਨਹੀਂ ਸੀ ਵੀ ਕੀ ਹੈ ਇਹ ਅਰਬਾਂ ਦੇ ਕੋਲ ਸੀਗਾ ਜ ਅਰਬ ਲੋਕ ਆਪਣੇ ਆਪ ਨੂੰ ਬੜੇ ਐਡਵਾਂਸ ਮੰਨਦੇ ਸਨ ਤੇ ਅਰਬ ਲੋਕ ਹੀ ਕਾਵਾ ਪੀਂਦੇ ਸਨ ਤੇ ਉਹਨੇ ਵੀ ਇੱਕ ਵੇਖਿਆ ਵੀ ਕੋਈ ਕਾਲੀ ਜੀ ਚੀਜ਼ੇ ਪੀ ਰਿਹਾ ਹੈ ਪਤਾ ਨਹੀਂ ਕੀ ਹੈ ਤੇ ਉਹਨੇ ਪੁੱਛਿਆ ਵੀ ਕੀ ਪੀ ਰਿਹਾ ਹੈ ਤੇ ਉਹਨਾਂ ਨੇ ਉਹਨੂੰ ਹੀ ਪਿਆ ਦਿੱਤੀ ਉਹ ਕੋਈ ਅੰਗਰੇਜ਼ ਟਰੈਵਲਰ ਸੀਗਾ ਇੱਥੇ ਘੁੰਮ ਰਿਹਾ ਸੀਗਾ ਏਸ਼ੀਆ ਦੇ ਵਿੱਚ ਉਹਨੇ ਉਹਨੇ ਪਤਾ ਕੀਤਾ ਵੀ ਕੀ ਉਹਨੂੰ ਉਹਨੂੰ ਥੋੜਾ ਉਹਦੇ ਨਾਲ ਕੋਈ ਕੋਈ ਠਕਾਵਟ ਲੱਗੀ ਜਾਂ ਜੋ ਵੀ ਹੋਵੇ ਤੇ ਅਸਰ ਹੋਇਆ ਤਾਂ ਉਸ ਤੋਂ ਬਾਅਦ ਉਹਨੇ ਉਹ ਬੂਟੇ ਦੀ ਖੋਜ ਕੀਤੀ ਵੀ ਕਿੱਥੋਂ ਇਹ ਪੈਦਾ ਹੁੰਦਾ ਹੈ ਕਾਵਾ ਕੌਫੀ ਜਿਹੜੀ ਹੈ ਤੇ ਕਿਉਂਕਿ ਪਹਿਲਾਂ ਦੁੱਧ ਤੋਂ ਬਿਨਾਂ ਉਹ ਪੀਤੀ ਜਾਂਦੀ ਸੀ ਇਸ ਕਰਕੇ ਉਹਨੂੰ ਕਾਵਾ ਕਿਹਾ ਗਿਆ ਤੇ ਉਹ ਫਿਰ ਉਹਨੇ ਉਹ ਲੈ ਕੇ ਗਿਆ ਆਪਣੇ ਮੁਲਕ ਵਿੱਚ ਉੱਥੇ ਉਹਨਾਂ ਨੇ ਕਾਵਾ ਨੂੰ ਕੌਫੀ ਨਾਂ ਦਿੱਤਾ ਤੇ ਉਹ ਕੁਝ ਬੂਟੇ ਲੈ ਗਿਆ ਸੀਗਾ ਜਿੱਥੋਂ ਉਹ ਪੈਦਾ ਹੋਏ ਤੇ ਉਹਨੇ ਹੋਰ ਆਪਣੇ ਰਾਜਿਆਂ ਨੂੰ ਪੇਸ਼ ਕੀਤੇ ਤੇ ਉਹਨਾਂ ਨੇ ਕਿਹਾ ਵੀ ਆਪਾਂ ਨੂੰ ਇਹਦਾ ਵਪਾਰ ਕਰਨਾ ਚਾਹੀਦਾ ਇਹਨੂੰ ਕਮੋਡਿਟੀ ਬਣਾਉਣਾ ਚਾਹੀਦਾ ਤੇ ਇਹਦੇ ਵਿੱਚੋਂ ਫਿਰ ਜਿਹੜਾ ਜਾਵਾ ਸਮਾਟਰਾ ਇੱਥੇ ਫਿਰ ਉਹਨਾਂ ਨੇ ਪਹਿਲਾਂ ਇਹ ਇੱਕ ਬਸਤੀ ਕਲੋਂ ਇੱਥੋਂ ਫਿਰ ਕਲੋਨੀਅਲਿਜ਼ਮ ਇੱਥੋਂ ਪੈਦਾ ਹੋਇਆ ਉਹਨਾਂ ਨੇ ਪਹਿਲਾਂ ਏਸੀ ਚੀਜ਼ ਦੀ ਪ੍ਰੋਡਕਸ਼ਨ ਸ਼ੁਰੂ ਕੀਤੀ ਵੀ ਸਾਨੂੰ ਉੱਥੇ ਜਾ ਕੇ ਜਿੱਥੇ ਪੈਦਾ ਹੁੰਦਾ ਉਹਦੇ ਪੈਦਾ ਕਰਕੇ ਵੇਖਣਾ ਚਾਹੀਦਾ ਤੇ ਇਹਦੇ ਨਾਲ ਹੀ ਫਿਰ ਇੱਕ ਚੀਜ਼ ਪੈਦਾ ਹੋਈ ਜਿਸ ਨੂੰ ਕਹਿੰਦੇ ਗੁਲਾਮਦਾਰੀ ਉਹਨਾਂ ਨੇ ਵੇਖਿਆ ਵੀ ਜਿਹੜੀ ਖੇਤੀ ਆ ਖੇਤੀ ਪੈਦਾ ਕਰਨ ਦੇ ਖੇਤੀ ਨੂੰ ਕਰਨ ਦੇ ਲਈ ਲੇਬਰ ਬਹੁਤ ਚਾਹੀਦੀ ਆ ਜੇ ਉਹਨਾਂ ਨੇ ਉੱਥੇ ਜਦੋਂ ਆਪਣੇ ਸਮਾਜਾਂ ਸਭਿਆਚਾਰਾਂ ਦੇ ਵਿੱਚ ਕੁਝ ਚੀਜ਼ਾਂ ਉਹਨਾਂ ਨੇ ਲੈ ਆਂਦੀਆਂ ਜਿਹਦੇ ਵਿੱਚ ਕਾਫੀ ਤੇ ਖੰਡ ਜਿਹੜੀ ਆਪਾਂ ਇੱਥੇ ਵਰਤਦੇ ਨੇ ਚਿੱਟੀ ਖੰਡ ਇਹ ਯੂਰਪ ਦੇ ਵਿੱਚ ਇਹਨਾਂ ਦੀ ਵਰਤੋਂ ਦੀ ਬਹੁਤ ਜ਼ਿਆਦਾ ਵੱਡੀ ਪੱਧਰ ਤੇ ਵਰਤੋਂ ਹੁੰਦੀ ਸੀ ਅੱਜ ਵੀ ਉੱਥੇ ਬਹੁਤ ਵੱਡੀ ਪੱਧਰ ਤੇ ਵਰਤੋਂ ਹੁੰਦੀ ਹੈ ਤੇ ਇਹਨਾਂ ਨੂੰ ਪੈਦਾ ਕਰਨ ਦੇ ਲਈ ਲੇਬਰ ਬਹੁਤ ਚਾਹੀਦੀ ਸੀ ਜੇ ਕਮਾਜ ਪੈਦਾ ਕਰਨ ਦੇ ਲਈ ਲੇਬਰ ਚਾਹੀਦੀ ਸੀ ਤੇ ਲੇਬਰ ਲਈ ਉਹਨਾਂ ਨੇ ਫਿਰ ਅਫਰੀਕੀਆਂ ਨੂੰ ਚੁਣਿਆ ਵੀ ਅਫਰੀਕੀ ਲੋਕ ਜਿਹੜੇ ਕਾਲੇ ਲੋਕ ਉਹਨਾਂ ਨੂੰ ਗੁਲਾਮ ਬਣਾ ਲਿਆ ਜਾਵੇ ਤੇ ਉਹਨਾਂ ਦੇ ਕੋਲੋਂ ਫ੍ਰੀ ਜਾਂ ਬਹੁਤ ਥੋੜੀਆਂ ਉਜਰਤਾਂ ਦੇ ਉੱਤੇ ਕੰਮ ਕਰਾਇਆ ਜਾਵੇ ਜਿਸ ਨੂੰ ਬਾਅਦ ਵਿੱਚੋਂ Karl Marx ਨੇ ਇਹਨਾਂ ਚੀਜ਼ਾਂ ਨੂੰ ਅਧਿਐਨ ਕਰਕੇ ਇਹਦਾ ਜਿਹੜਾ ਕ੍ਰਿਟਿਸਿਜ਼ਮ ਪੈਦਾ ਕੀਤਾ ਤੋ ਇਹਦੇ ਵਿੱਚ ਕੀ ਹੈ ਬ੍ਰਿਟਾਨੀਆ ਤੇ ਹੋਰ ਯੂਰਪੀ ਮੁਲਕ ਘਰੇਲੂ ਲੋੜਾਂ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਵਿਸ਼ਵ ਮੰਡੀ ਲਈ ਉਤਪਾਦਨ ਕਰਨ ਲੱਗੇ ਤੇ ਇਹਦੇ ਨਾਲ ਇੱਕ ਹੋਰ ਚੀਜ਼ ਫਰਕ ਪਿਆ ਉੱਥੋਂ ਕਿ ਪਿੰਡੂ ਆਬਾਦੀ ਪਿੰਡ ਛੱਡ ਕੇ ਸ਼ਹਿਰਾਂ ਵਿੱਚ ਚਲੀ ਗਈ ਤੇ ਉੱਥੇ ਸ਼ਹਿਰਾਂ ਦੇ ਵਿੱਚ ਆਬਾਦੀ ਜਾਂ ਪਾਪੂਲੇਸ਼ਨ ਜਿਹੜੀ ਆ ਉਹ ਸੰਘਣੀ ਹੋ ਗਈ ਤੇ ਉਹਦੇ ਨਾਲ ਉੱਥੇ ਇੱਕ ਨਵੀਂ ਕਿਸਮ ਦਾ ਸੋਜ ਸਵਾਦ ਤੇ ਕਲਾ ਇਹਨਾਂ ਚੀਜ਼ਾਂ ਦਾ ਵੀ ਨਵੇਂ ਤਰ੍ਹਾਂ ਦੇ ਸੱਭਿਆਚਾਰ ਦਾ ਵੀ ਜਨਮ ਹੋਇਆ ਤੇ ਇਹਦੇ ਵਿੱਚ ਫਿਰ ਦੋ ਚੀਜ਼ਾਂ ਉੱਭਰਦੀਆਂ ਵਾਂ ਇੱਕ ਆਉਂਦਾ ਆ ਜਿਹਨੂੰ ਕਹਿ ਦਿੰਦੇ ਨਾਟਕਰ ਜਿਹੜੇ ਨੇ ਤੇ ਇੱਕ ਉਥੇ ਜਿਹੜਾ ਆਪੇਰਾ ਜਿਹੜਾ ਮਿਊਜ਼ਿਕ ਦਾ ਤੇ ਨਾਚ ਦਾ ਇੱਕ ਸਾਂਝਾ ਰੂਪ ਹੁੰਦਾ ਉਥੇ ਫਿਰ ਇਹ ਦੋ ਚੀਜ਼ਾਂ ਪੈਦਾ ਹੁੰਦੀਆਂ ਜਿਨ੍ਹਾਂ ਨੇ ਅੱਗੋਂ ਵਿਕਸਿਤ ਹੋ ਕੇ ਨਵੇਂ ਸਿਨੇਮਾ ਤੇ ਆ ਜਿਹੜੇ ਹੁਣ ਜਿਹੜਾ ਮੀਡੀਆ ਦੇ ਵਿੱਚ ਮਨੋਰੰਜਨ ਦੇ ਵੱਖ-ਵੱਖ ਇਹਦੇ ਤੇ ਵੀ ਫਿਰ ਰਾਜ ਦੀ ਬੜੀ ਨਿਗਾ ਸੀਗੀ ਇਹਦਾ ਵੀ ਆਪਾਂ ਸ਼ਾਇਦ ਇਸ ਪਰਚੇ 'ਚ ਜਾਂ ਅੱਗੇ ਕਿਤੇ ਚੱਲ ਕੇ ਇਹਦਾ ਆਪਾਂ ਜਿਹੜਾ ਉਹ ਪੂਰੀ ਤਰ੍ਹਾਂ ਨਾਲ ਵਿਸ਼ਲੇਸ਼ਣ ਕਰਾਂਗੇ ਵੀ ਇਹ ਕਿਤਰਾ ਹੀ ਪੈਦਾ ਹੋਇਆ ਤੇ ਫਿਰ ਇਹਨੂੰ ਸਟੇਟ ਨੇ ਕਿਵੇਂ ਇੱਕ ਔਜ਼ਾਰ ਦੇ ਤੌਰ ਤੇ ਵਰਤਿਆ ਮਨੋਰੰਜਨ ਨੂੰ ਜਿਹਦੀ ਡਾਕਟਰ ਸੇਵਕ ਸਿੰਘ ਬਹੁਤ ਜ਼ਿਆਦਾ ਗੱਲ ਕਰਦੇ ਆ ਕਿ ਮਨੋਰੰਜਨ ਤੁਹਾਡੀ ਗੁਲਾਮੀ ਦਾ ਕਾਰਨ ਬਣਦਾ ਸਰਕਾਰ ਨੇ ਦੇਖਿਆ ਵੀ ਲੋਕ ਮਨੋਰੰਜਨ ਕਰਨਾ ਚਾਹੁੰਦੇ ਫਿਰ ਉਹਨਾਂ ਨੇ ਇਹਦੇ ਜਰੀਏ ਉਹਦੇ ਵਿੱਚ ਫਿਰ ਆਪਣੀਆਂ ਚੀਜ਼ਾਂ ਜਿਹੜੀਆਂ ਨੇ ਉਹ ਸ਼ਾਮਲ ਕਰ ਦਿੱਤੀਆਂ ਤਾਂ ਸ਼ਹਿਰੀ ਜੀਵਨ ਜਿਹੜਾ ਆ ਉਹ ਦੁਨੀਆ ਦੇ ਨਕਸ਼ੇ ਉਤੇ ਮਤਲਬ ਇੱਕ ਵਿਸ਼ੇਸ਼ ਜੀਵਨ ਸ਼ੈਲੀ ਦੇ ਤੌਰ ਤੇ ਉੱਭਰਿਆ ਤੇ ਰਾਜ ਨੂੰ ਲੱਗਿਆ ਕਿ ਸਾਨੂੰ ਸ਼ਹਿਰਾਂ ਦੀ ਜਿਹੜਾ ਆਕਾਰ ਹੈ ਉਹ ਵੱਡਾ ਕਰਨ ਦੀ ਲੋੜ ਹੈ ਸ਼ਹਿਰਾਂ ਨੂੰ ਨਵੇਂ sire ਤੋਂ ਵਸਾਉਣ ਦੀ ਲੋੜ ਹੈ ਡਿਜ਼ਾਈਨ ਕਰਨ ਦੀ ਲੋੜ ਹੈ ਤਾਂ ਕਿਉਂਕਿ ਸ਼ਹਿਰਾਂ ਦੇ ਵਿੱਚ ਜਦੋਂ ਆਬਾਦੀ ਇੱਕ ਜਗ੍ਹਾ ਤੇ ਹੋ ਜਾਂਦੀ ਹੈ ਤੇ ਉਹਨਾਂ ਨੂੰ ਨਿਯੰਤਰਿਤ ਕਰਨਾ ਉਹਨਾਂ ਨੂੰ ਸਿਖਾਉਣਾ ਉਹਨਾਂ ਨੂੰ ਸਿਧਾਉਣਾ ਤੇ ਕਾਬੂ ਹੇਠ ਰੱਖਣਾ ਸੌਖਾ ਹੋ ਜਾਂਦਾ ਹੈ ਤੇ ਦੂਸਰਾ ਜਿਹੜਾ ਪਿੰਡੂ ਅਤੇ ਖੇਤੀਬਾੜੀ ਦੇ ਉੱਤੇ ਨਿਰਭਰ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਰਾਜ ਦਾ ਵਿਰੋਧ ਕਰਨ ਦੀ ਸਮਰੱਥਾ ਵਧੇਰੇ ਹੁੰਦੀ ਹੈ ਤੇ ਉਸ ਸਮਰੱਥਾ ਨੂੰ ਘਟ ਕਰਨ ਦੇ ਵਿੱਚ ਤੇ ਉਹਨਾਂ ਲੋਕਾਂ ਨੂੰ ਸਿਧਾ ਆ ਕੇ ਆਪਣੇ ਪਾਲਤੂ ਜਾਨਵਰਾਂ ਦੇ ਵਰਗਾ ਇੱਕ ਉਸ ਪੱਦਰ ਦਾ ਜੀਵਨ ਸਿਖਾਉਣ ਦੇ ਲਈ ਉਹਨਾਂ ਨੂੰ ਸ਼ਹਿਰੀ ਬਣਾਉਣਾ ਬਹੁਤ ਜ਼ਰੂਰੀ ਸੀਗਾ ਇਸ ਕਰਕੇ ਰਾਜਨੇਵ ਇਹ ਕੋਸ਼ਿਸ਼ ਕੀਤੀ ਤੇ ਪੱਛਮ ਦੇ ਵਿੱਚ ਜਿਹੜੇ ਵੱਡੇ ਸ਼ਹਿਰ ਉਹ ਪੈਦਾ ਹੋਏ ਤੇ ਸ਼ਹਿਰਾਂ ਦੇ ਵਿੱਚ ਫਿਰ ਉਹਨਾਂ ਦੀ ਖਿੱਚ ਦਾ ਕੇਂਦਰ ਬਣਾਉਣ ਦੇ ਲਈ ਰਾਜਿਆਂ ਵੱਲੋਂ ਨਵੀਂ ਤਰ੍ਹਾਂ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਗਿਆ ਜਿਵੇਂ ਜਿਹੜਾ ਫਰਾਂਸ ਦਾ ਰਾਜਾ ਸੀਗਾ ਉਹਨੇ ਬਹੁਤ ਵਧੀਆ ਸ਼ਹਿਰ ਹੋਣ ਦੇ ਬਾਵਜੂਦ ਵੀ ਨਵੇਂ ਸ਼ਹਿਰ ਬਸਾਏ ਉਹਨਾਂ ਚ ਨਵੇਂ ਮੁਹੱਲੇ ਪੈਦਾ ਕੀਤੇ ਉਹਦੇ ਵਿੱਚ ਉਹਨੇ ਸਕਾਲਰਸ ਦੇ ਲਈ ਵਜੀਫੇ ਦਿੱਤੇ ਉਹਨਾਂ ਦੇ ਰਹਿਣ ਲਈ ਨਵੀਆਂ ਕਲੋਨੀਆਂ ਆਵਾਦ ਕੀਤੀਆਂ ਤੋਂ ਉਹਨੇ ਉੱਥੇ ਵੱਖ-ਵੱਖ ਰਾਜਿਆਂ ਨੇ ਬਾਦਸ਼ਾਹਾਂ ਨੇ ਇਸ ਤਰ੍ਹਾਂ ਦੇ ਮਾਡਲ ਦਿੱਤੇ ਦੁਨੀਆ ਨੂੰ ਕਿ ਤੁਸੀਂ ਇਸ ਤਰ੍ਹਾਂ ਸ਼ਹਿਰੀ ਕਰਨ ਜਿਹੜਾ ਆ ਉਹਨੂੰ ਇੱਕ ਥਾਂ ਤੇ ਕੇਂਦਰਿਤ ਕਰੋ ਇਹ ਸਾਰਾ ਕੁਝ ਜਿਹੜਾ ਉੱਥੇ ਇਕੱਠਾ ਹੀ ਹੋ ਰਿਹਾ ਸੀਗਾ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਇਹ ਇਹਨਾਂ ਦੇ ਵਿੱਚ ਜਦੋਂ ਪੈਸਾ ਆਉਂਦਾ ਤੇ ਵੱਖ-ਵੱਖ ਮੁਲਕਾਂ ਦੇ ਵਿੱਚ ਕਿਉਂਕਿ ਪਹਿਲਾਂ ਡੱਚ ਸੁਪਰੀਮੇਸੀ ਹੋਈ ਫਿਰ ਫਰਾਂਸ ਤੇ ਸਪੇਨ ਜਿਹੜੇ ਸੀਗੇ ਉਹ ਵੀ ਆਪਣੇ ਆਪ ਨੂੰ ਸਮਝਣ ਲੱਗੇ ਕਿ ਕਿਉਂਕਿ ਸਪੇਨੀ ਵਿੱਚ ਹਜ਼ਾਰਾਂ ਸਨ ਬਹੁਤ ਜ਼ਿਆਦਾ ਤੇ ਫਰਾਂਸੀਸੀਆਂ ਦੇ ਕੋਲ ਵੀ ਬੜੀ ਹੋਮੇ ਸੀਗੀ ਉਹਨਾਂ ਨੂੰ ਲੱਗਦਾ ਕਿ ਅਸੀਂ ਦੁਨੀਆ ਦੇ ਸੱਭਿਆਚਾਰ ਦਾ ਧੋਰਾ ਹਾਂ ਉਹ ਅੱਜ ਵੀ ਮੰਨਦੇ ਆ ਤਾਂ ਜਿੰਨੀ ਤਰ੍ਹਾਂ ਦੇ ਵੀ ਫੈਸ਼ਨ ਨੇ ਉਹ ਸਾਰੇ ਇਸ ਫਰਾਂਸ ਤੋਂ ਸ਼ੁਰੂ ਹੁੰਦੇ ਨੇ ਤਾਂ ਉਹਨਾਂ ਨੇ ਫਰਾਂਸ ਫਰਾਂਸ ਵਾਲਿਆਂ ਨੇ ਸਪੇਨ ਵਾਲਿਆਂ ਨੇ ਤੇ ਇਹਨਾਂ ਨੇ ਬਹੁਤ ਵੱਡੀਆਂ ਲੜਾਈਆਂ ਕੀਤੀਆਂ ਆਪਸ ਵਿੱਚ ਤੇ ਉਹਦੇ ਵਿੱਚ ਫਿਰ ਇੱਕ ਨੇਗੋਸ਼ੀਏਟਰ ਦੇ ਤੌਰ ਦੇ ਉੱਤੇ ਬ੍ਰਿਟਾਨੀਆ ਦਾ ਉਭਾਰ ਹੋਇਆ ਤੋਂ ਬ੍ਰਿਟਾਨੀਆ ਨੇ ਇਹ ਜਿਹੜਾ ਸਾਰਾ ਪੱਛਮੀ ਸਿਸਟਮ ਆ ਇਹਨੂੰ ਸੈੱਟ ਕਰਨ ਦੇ ਵਿੱਚ ਇੱਕ ਕਹਿ ਲਓ ਕਿ ਵਿਚੋਲੇ ਦੀ ਭੂਮਿਕਾ ਵੀ ਨਿਭਾਈ ਤੇ ਉਹਨੇ ਇੱਕ ਤੀਸਰੀ ਧਿਰ ਖੜੀ ਕੀਤੀ ਜਿਹਦੇ ਵਿੱਚ ਉਹਨੇ ਫਿਰ ਹੌਲੀ-ਹੌਲੀ ਜਿਹੜੀ ਡੱਚ ਸੁਪਰੀਮੇਸੀ ਆ ਇਹ ਇਸ ਨੂੰ ਤਬਾਹ ਕੀਤਾ ਤੇ ਜਿਹੜੀਆਂ ਕਲੋਨੀਆਂ ਡੱਚਾਂ ਕੋਲ ਸਨ ਉੱਥੇ ਜਾ ਕੇ ਉਹਨੇ ਆਪਣੀਆਂ ਵੀ ਕਲੋਨੀਆਂ ਬਣਾ ਦਿੱਤੀਆਂ ਉਹਨਾਂ ਧਰਤੀਆਂ ਦੇ ਉੱਤੇ ਜਿਵੇਂ ਹਿੰਦੁਸਤਾਨ ਵਿੱਚ ਪਹਿਲਾਂ ਜਿਹੜਾ ਪਹਿਲਾਂ ਜਿਹੜੇ ਫ੍ਰਾਂਸੀਸੀ ਤੇ ਡੱਚ ਲੋਕਾਂ ਦੇ ਕਬਜ਼ੇ ਹੇਠ ਜ਼ਮੀਨ ਹੈਗੀ ਸੀਗੀ ਬਾਅਦ ਚੋਂ ਜਿਹੜੀ ਇਹ ਬ੍ਰਿਟਾਨੀਆ ਵਾਲਿਆਂ ਨੇ ਆ ਕੇ ਉਹਨਾਂ ਨੂੰ ਇਥੋਂ ਕਦੇੜਿਆ ਤੇ ਕਈ ਤੇ ਜਿਹੜੇ ਦੱਖਣੀ ਜਿਹੜੇ ਕੇਰਲਾ ਵੱਲ ਸਾਈਡ ਤੇ ਬਹੁਤ ਸਾਰੇ ਇਲਾਕੇ ਤੇ ਕਾਫੀ ਲੰਬਾਰਸਾ ਵੀ ਉਹਨਾਂ ਦੇ ਖੱਲੇ ਰਹੇ ਨੇ। ਤੋਂ ਇਹਦੇ ਵਿੱਚ ਕੀ ਹੋਇਆ ਕਿ ਸਾਰਾ ਯੂਰੋਪੀਅਨ ਜਿਹੜਾ ਰਾਜਨੀਤਿਕ ਪ੍ਰਬੰਧ ਹੈ ਉਹ ਨਿਜਮਤ ਹੋ ਗਿਆ ਬ੍ਰਿਟਾਨੀਆ ਦੇ ਕੇਂਦਰ ਵਿੱਚ ਆਉਣ ਨਾਲ ਤੇ ਉਹਦੇ ਵਿੱਚ ਬ੍ਰਿਟਾਨੀਆ ਦੀ ਚੜ੍ਹਤ ਹੋ ਗਈ ਤੇ ਡੱਚ ਸ਼ਕਤੀ ਦਾ ਨਿਗਾਰ ਹੋ ਗਿਆ। ਤੇ ਇਹਦੇ ਨਾਲ ਨਾਲ ਹੀ ਦੂਜੇ ਪਾਸਿਓਂ ਜਿਹੜਾ ਰੂਸ ਆ ਉਹ ਉਹ ਵੀ ਯੂਰੋਪੀਅਨ ਸ਼ਕਤੀ ਵਜੋਂ ਆਪਣੇ ਆਪ ਨੂੰ ਉਭਾਰਨ ਵਿੱਚ ਕਾਮਯਾਬ ਹੋ ਗਿਆ। ਤੋਂ ਇਸ ਇਸ ਸਾਰੇ ਕੁਝ ਨੂੰ ਜਿਹੜਾ ਆ ਉਹ ਯੂਰੋਪੀਅਨ politcal ਸੈਟਲਮੈਂਟ ਵੀ ਕਿਹਾ ਜਾ ਸਕਦਾ ਹੈ। ਤੇ ਇਹਦੇ ਵਿੱਚੋਂ ਫਿਰ ਜਦੋਂ ਇਹ ਸਾਰੀ politcal ਸੈਟਲਮੈਂਟ ਹੋ ਗਈ ਤਾਂ ਫਿਰ ਉੱਥੋਂ ਦੇ ਦਾਨਿਆਂ ਨੇ ਸੋਚਿਆ ਵੀ ਹੁਣ ਲੜਾਈਆਂ ਦਾ ਯੁੱਗ ਨਹੀਂ ਰਿਹਾ। ਹੁਣ ਜਿਹੜੇ ਸਾਡੇ ਸਮਾ ਧਰਤੀਆਂ ਦੇ ਵਿਸਤਾਰ ਦੇ ਇੱਕ ਸੁਪਨੇ ਹੁੰਦੇ ਉਹ ਨਹੀਂ ਕੋਈ ਰਹੇ। ਸਾਡੇ ਸਮਾਜ ਜਿਹੜੇ ਨੇ ਉਸ ਸਟੇਬਲ ਸਮਾਜ ਬਣ ਗਏ ਨੇ ਤੇ ਫਿਰ ਸਾਨੂੰ ਆਪਣੇ ਇੱਕ ਚੰਗੇ ਭਵਿੱਖ ਬਾਰੇ ਸੋਚਣਾ ਚਾਹੀਦਾ ਹੈ ਤੇ ਇਹ ਇੱਕ ਇੱਕ ਚੁੱਪਚੀ ਤੇ ਚੱਲਣ ਵਾਲੀ ਇੱਕ ਅੰਦਰਖਾਤੇ ਚੱਲਣ ਵਾਲੀ ਲਹਿਰ ਸੀਗੀ ਜਿਹਦੇ ਵਿੱਚ ਪ੍ਰੋਟੈਸਟੈਂਟ ਵੀ ਸ਼ਾਮਲ ਸਨ ਤੇ ਜਿਹਦੇ ਵਿੱਚ ਬਿਨਾਂ ਧਰਮ ਤੋਂ ਜੀਵਨ ਜੀਣ ਵਾਲੇ ਲੋਕ ਜਿਹੜੇ ਸੈਕੂਲਰ ਲੋਕ ਨੇ ਉਹ ਲੋਕ ਵੀ ਇਹਦੇ ਸ਼ਾਮਲ ਸਨ ਤੇ ਉਹਨਾਂ ਨੇ ਫਿਰ ਇੱਕ ਨਵੀਂ ਤਰ੍ਹਾਂ ਦੇ ਸੱਭਿਆਚਾਰ ਨੂੰ ਇੱਕ ਨਵੀਂ ਤਰ੍ਹਾਂ ਦੀ ਸੋਚ ਨੂੰ ਜਨਮ ਦਿੱਤਾ ਜਿਹਨੂੰ ਅੱਗੇ ਚੱਲ ਕੇ ਫਿਰ ਗਿਆਨ ਕਰਨ ਲਹਿਰ ਜਾਂ ਐਨਲਾਈਟਨਮੈਂਟ ਮੂਵਮੈਂਟ ਦਾ ਨਾਮ ਦਿੱਤਾ ਜਾਂਦਾ ਹੈ ਤੇ ਇਹਦਾ ਕੇਂਦਰ ਜਿਹੜਾ ਆ ਉਹ ਫਿਰ ਬਰਤਾਨੀਆ ਵਿੱਚ ਬਣਦਾ ਹੈ ਤੇ ਇਹਦੇ ਵਿੱਚ ਹੋਰ ਵੀ ਕਈ ਮੁਲਕਾਂ ਦੀਆਂ ਜਿਹੜੀਆਂ ਪ੍ਰਤਿਭਾਵਾਂ ਨੇ ਉਹ ਸ਼ਾਮਲ ਰਹਿੰਦੀਆਂ ਨੇ ਤੇ ਫਿਰ ਜਿਹੜਾ ਬਰਤਾਨੀਆ ਹੈ ਉਹ ਇਸ ਐਨਲਾਈਟਨਮੈਂਟ ਮੂਵਮੈਂਟ ਨੂੰ ਲੈ ਕੇ ਦੁਨੀਆ ਦੇ ਵਿੱਚ ਜਾਂਦਾ ਹੈ ਕਿ ਵਾਈਟ men's ਬਰਡਨ ਦਾ ਜਿਹੜਾ ਕਨਸੈਪਟ ਪੈਦਾ ਹੁੰਦਾ ਹੈ ਉਹ ਇਥੇ ਉਹ ਦੱਸਦੀ ਹੈ ਕਿ ਅਸੀਂ ਬਾਕੀ ਦੁਨੀਆ ਨੂੰ ਐਨਲਾਈਟਨ ਕਰਨਾ ਹੈ ਉਹਨਾਂ ਨੂੰ ਅਸੀਂ ਗਿਆਨ ਦੇ ਨਾਲ ਸਰਸ਼ਾਰ ਕਰਨਾ ਹੈ ਤੂੰ ਇਹ ਦਾਵਾ ਦਿੰਦੇ ਆ ਇਹ ਸੁਪਨਾ ਦਿੰਦੇ ਆ ਇਹ ਲੈ ਕੇ ਫਿਰ ਦੂਸਰੀਆਂ ਮੁਲਕਾਂ ਵਿੱਚ ਜਾਂਦੇ ਆ ਚਲੋ ਇਹ ਇੱਕ ਮੋਢਲੀ ਜੀ ਜਾਣਕਾਰੀ ਸੀਗੀ ਇਹਦੇ ਵਿੱਚ ਇੱਕ ਤੀਜਾ ਭਾਗ ਹੈ ਜਿਹਦੇ ਵਿੱਚ ਜਿਹਦੇ ਤੇ ਬਾਅਦ ਚੋਂ ਬਹੁਤ ਬੰਦਿਆਂ ਨੇ ਕੰਮ ਕੀਤਾ ਉਹ ਹੈਗਾ ਆ ਉੱਤਰਵਸਤੀਵਾਦੀ ਪ੍ਰਵਚਨ ਜਿਹਨੂੰ ਆਪਾਂ ਕਹਿੰਨੇ ਜਾਂ ਪੋਸਟ ਕੋਲੋਨੀਅਲ ਡਿਸਕੋਰਸ ਆ ਜਿਹਦੇ ਵਿੱਚ ਜ਼ਿਆਦਾਤਰ ਯਹੂਦੀ ਸਕਾਲਰ ਕੰਮ ਕਰਦੇ ਉਹ ਕਿਉਂ ਕੰਮ ਕਰਦੇ ਇਹ ਵੀ ਇੱਕ ਸਮਝਣ ਵਾਲੀ ਲੋੜ ਹੈ ਪਰ ਉਹਨਾਂ ਸਾਰਿਆਂ ਵਿਦਵਾਨਾਂ ਨੇ ਫਿਰ ਇਸ ਗਿਆਨ ਕਰਨ ਦੀ ਲਹਿਰ ਦਾ ਬਹੁਤ ਜ਼ਿਆਦਾ ਵਿਸ਼ਲੇਸ਼ਣ ਕੀਤਾ ਆ ਤੇ ਉਹਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਉਹ ਸਾਹਿਤ ਆ ਉਹ ਪੈਦਾ ਹੋਇਆ ਤੇ ਅਸੀਂ ਇਹਨਾਂ ਇਸ ਲੜੀ ਦੇ ਵਿੱਚ ਜਿੰਨਾ ਵੀ ਵੱਧ ਵੱਧ ਹੋ ਸਕਿਆ ਉਹ ਸਕਾਲਰ ਬੇਸਡ ਲੜੀਆਂ ਵੀ ਆਪਾਂ ਚਲਾਵਾਂਗੇ ਜਿਸ ਜਿਹਦੇ ਵਿੱਚ ਜਿਵੇਂ ਫੂਕੋ ਹੈ ਜਾਂ ਡੈਰੀਡਾ ਹੈ ਜਾਂ ਹੋਰ ਬੰਦੇ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਨੂੰ ਬੜੇ ਚੈਲੰਜ ਦਿੱਤੇ ਨੇ ਗਾਟਰੀ ਹੋਰ ਬੰਦਿਆਂ ਦੀ ਬਾਤ ਆ ਇਹਨਾਂ ਬੰਦਿਆਂ ਨੇ ਕੰਮ ਕੀਤਾ ਜ ਜਿਨ੍ਹਾਂ ਦੀ ਗੱਲ ਪ੍ਰੋਫੈਸਰ ਡਾਕਟਰ ਗੁਰਪ੍ਰਗਤ ਸਿੰਘ ਹੋਣਾ ਵੀ ਵੱਡੇ ਪੱਧਰ ਤੇ ਆਪਣੀਆਂ ਲਿਖਤਾਂ ਵਿੱਚ ਲਿਆਂਦੀ ਹੈ ਤੇ ਹੋਰ ਜਿਹੜੀਆਂ ਅਕਾਦਮਿਕ ਸੰਸਥਾਵਾਂ ਨੇ ਉੱਥੇ ਵੀ ਇਹਨਾਂ ਦਾ ਚਰਚਾ ਹੋਇਆ ਤੇ ਸਿੱਖਾਂ ਨੂੰ ਵੀ ਇਹ ਸਮਝਣ ਪੜਨ ਦੀ ਲੋੜ ਹੈ ਕਿਉਂਕਿ ਇਹਨਾਂ ਨੇ ਹਲੇ ਆਪਣੇ ਆਪ ਨੂੰ ਉਸ ਬਸਤੀਵਾਦੀ ਸਾਰੇ ਪ੍ਰਵਚਨ ਤੋਂ ਮੁਕਤ ਕਰਨਾ ਹੈ ਅਜੇ ਉਸ ਸਾਰੀ ਚੀਜ਼ਾਂ ਮੁਕਤ ਮੁਕਤੀ ਹੋਈ ਨਹੀਂ ਸਾਡੀ ਤੇ ਉਹਦੇ ਲਈ ਇਹ ਪਹਿਲਾਂ ਉਹਨਾਂ ਦਾ ਇਤਿਹਾਸ ਜਾਣਾਂਗੇ ਅਸੀਂ ਤੇ ਫਿਰ ਉਹਦੇ ਵਿੱਚ ਉਤਰਾਂਗੇ ਤੀਜੇ ਭਾਗ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਹੈ ਕਿ ਇਹਦਾ ਜਿਹੜਾ ਸਾਡੇ ਉੱਤੇ ਅਸਰ ਹੋਇਆ ਜਾਂ ਸਾਡੇ ਵਿੱਚ ਜਿਹੜੀਆਂ માનਤਾਵਾਂ ਬਦਲੀਆਂ ਜਾਂ ਉਹਨਾਂ ਦੀਆਂ માનਤਾਵਾਂ ਅਸੀਂ ਗ੍ਰਹਿਣ ਕੀਤੀਆਂ ਉਹਨਾਂ ਨੂੰ ਅਸੀਂ ਥੋੜਾ ਜਿਹਾ ਜਾਣ ਲਈਏ ਤੇ ਬਸਤੀਵਾਦੀ ਪਰਵਚਨ ਗਿਆਨ ਕਰਨ ਦੀ ਲਹਿਰ ਉੱਪਰ ਆਧਾਰਿਤ ਹੈ ਇਸ ਦੇ ਖਿਆਲ ਪ੍ਰਬੰਧ ਸੰਸਥਾਵਾਂ ਤੇ ਵੱਡੇ ਵਿਅਕਤੀਆਂ ਵਿੱਚ ਤਾਨਾਸ਼ਾਹੀ ਪ੍ਰਦਾਨ ਹੈ ਇਹਦਾ ਜਿਹੜਾ ਜਿਹੜਾ ਮੂਲ ਖਾਸਾ ਆ ਉਹ ਤਾਨਾਸ਼ਾਹੀ ਆ ਤਾਂ ਇਹ ਸਮਝ ਲਈ ਕਿ ਅਸੀਂ ਹੀ ਗਿਆਨ ਦੇ ਕੇਂਦਰ ਹਾਂ ਅਸੀਂ ਹੀ ਗਿਆਨ ਦੇ ਧਾਰਨੀ ਹਾਂ ਤੇ ਅਸੀਂ ਹੀ ਬਾਕੀ ਲੋਕਾਂ ਨੂੰ ਗਿਆਨ ਦੇਣਾ ਹੈ ਤੇ ਬਾਕੀ ਲੋਕਾਂ ਦੀ ਜਿਹੜੀ ਹਸਤੀ ਆ ਜਿਹੜੀ ਬਾਕੀ ਲੋਕਾਂ ਦੀਆਂ ਗਿਆਨ ਦੀਆਂ ਪਰੰਪਰਾਵਾਂ ਨੇ ਉਹਨੂੰ ਇਹ ਕੋਈ ਜਿਹੜਾ ਮੁੱਲ ਨਹੀਂ ਦਿੰਦੇ ਉਹਨੂੰ ਕੋਈ ਮਾਇਨਾ ਨਹੀਂ ਦਿੰਦੇ ਤੇ ਉਹਨੂੰ ਆਪਣੇ ਮਤਲਬ ਕਿ ਇਸ ਤਰ੍ਹਾਂ ਦੇ ਰਵੱਈਏ ਦੇ ਨਾਲ ਤੈਸਨਸ ਕਰਨ ਦਿੰਦੇ ਆ ਇਸ ਕਰਕੇ ਇਹਦੇ ਵਿੱਚ ਇਹਨੀਆਂ ਸੰਸਥਾਵਾਂ ਵਿੱਚ ਨੇ ਇਹਦੇ ਵਿਅਕਤੀਆਂ ਵਿੱਚ ਜਿਹੜੀ ਵੱਡੀਆਂ ਪ੍ਰਤਿਭਾ ਨੇ ਉਹਨਾਂ ਦੇ ਵਿੱਚ ਤਾਨਾਸ਼ਾਈ ਰਵਈਆ ਜਿਹੜਾ ਉਹ ਪ੍ਰਧਾਨ ਹੈ। ਦੂਸਰਾ ਇਹਦਾ ਪ੍ਰਭਾਵ ਇਹ ਹੈ ਕਿ ਇਹਦੇ ਨਾਲ ਮਨੁੱਖ ਦਾ ਕੁਦਰਤ ਦੇ ਉੱਪਰ ਨਿਯੰਤਰਣ ਵੱਧਦਾ ਹੈ। ਜੇ ਦੀ ਪ੍ਰਤੱਖ ਉਦਾਹਰਣ ਆਪਾਂ ਦੇਖਣੀ ਹੋਵੇ ਕਿ ਜਿਵੇਂ ਆ ਬਿਜਲੀ ਚੱਲ ਰਹੀ ਹੈ। ਇਹ ਬਿਜਲੀ ਇਹ ਹਾਈਡਲ ਪਾਵਰ ਆਪਾਂ ਇੱਥੇ ਵਰਤ ਰਹੇ ਹਾਂ। ਜਾਂ ਜੇ ਆਪਾਂ ਜੇ ਇਹ ਕੋਲੇ ਨਾਲ ਪੈਦਾ ਹੋਈ ਵਰਤ ਰਹੇ ਹੋਈਏ ਤਾਂ ਵੀ ਤਾਂ ਇਹ ਕੁਦਰਤੀ ਸ਼ਕਤੀਆਂ ਜਿਹੜੀਆਂ ਨੇ ਉਹਨਾਂ ਨੂੰ ਸਮਝਿਆ ਗਿਆ ਪਹਿਲਾਂ ਗਿਆਨ ਕਰਨ ਜਿਹੜੀ ਲਹਿਰ ਦੇ ਨਾਲ ਵਿਗਿਆਨ ਦੇ ਨਾਲ ਫਿਰ ਕੁਦਰਤ ਦੀਆਂ ਉਹਨਾਂ ਸ਼ਕਤੀਆਂ ਦੇ ਉੱਤੇ ਕਾਬੂ ਹਾਸਲ ਕੀਤਾ ਗਿਆ ਤੇ ਕੁਦਰਤ ਦੇ ਉੱਤੇ ਹੌਲੀ-ਹੌਲੀ ਮਨੁੱਖ ਦਾ ਨਿਯੰਤਰਣ ਵਧਾਇਆ ਗਿਆ। ਇਹ ਗਿਆਨ ਕਰਨ ਲਹਿਰ ਦੇ ਵਿੱਚ ਇਹ ਮੰਨੀ ਹੋਈ ਧਾਰਨਾ ਸੀ ਕਿ ਕੁਦਰਤ ਉੱਪਰ ਮਨੁੱਖ ਦਾ ਨਿਯੰਤਰਣ ਹੋਣਾ ਚਾਹੀਦਾ ਹੈ ਤੇ ਇਹ ਠੀਕ ਗੱਲ ਹੈ। ਤੋਂ ਇਹਦੇ ਨਾਲ ਸਮਾਜਾਂ ਸੱਭਿਆਚਾਰਾਂ ਦੇ ਵਿੱਚ ਬਹੁਤ ਵੱਡੀਆਂ ਮੰਨਤਾਵਾਂ ਬਦਲ ਗਈਆਂ। ਜਿਹੜੇ ਲੋਕ ਪਹਿਲਾਂ ਕੁਦਰਤ ਦੀ ਪੂਜਾ ਕਰਦੇ ਸਨ ਕੁਦਰਤ ਦਾ ਜਿਹੜਾ ਆ ਸੰਤੁਲਨ ਬਰਕਰਾਰ ਰੱਖਣ ਲਈ ਕੰਮ ਕਰਦੇ ਸਨ ਉਹਨਾਂ ਲੋਕਾਂ ਦੇ ਉਹਨਾਂ ਸਮਾਜਾਂ ਦੇ ਵਿੱਚ ਵੀ ਕੁਦਰਤ ਨੂੰ ਆਪਣੇ ਅਧੀਨ ਕਰਨ ਤੇ ਕੁਦਰਤ ਨੂੰ ਤਬਾਹ ਕਰਨ ਵਾਲੀਆਂ ਇਹੋ ਜਿਹੀਆਂ ਪ੍ਰਵਿਰਤੀਆਂ ਪੈਦਾ ਹੋਈਆਂ ਜਿਹੜੀਆਂ ਅੱਜ ਤੱਕ ਉਸੇ ਰੂਪ ਵਿੱਚ ਚੱਲ ਰਹੀਆਂ ਨੇ ਤੇ ਇਹਨੂੰ ਕੋਈ ਵੀ ਸਮਾਜ ਚੈੱਕ ਕਰਨ ਲਈ ਤਿਆਰ ਵੀ ਨਹੀਂ ਹੈ ਤੀਸਰੀ ਚੀਜ਼ ਜਿਹੜੀ ਇਹਦੇ ਵਿੱਚ ਸੀਗੀ ਜਿਵੇਂ ਉਹਨੇ ਕਿਹਾ ਸੀਗਾ ਬੇਕਨ ਨੇ ਕਿ ਗਿਆਨ ਹੀ ਸ਼ਕਤੀ ਹੈ ਤਾਂ ਇਹ ਬੜੀ ਵੱਡੀ ਇੱਕ ਚੀਜ਼ ਸੀ ਕਿ ਜਿਹੜੀ ਉਹਦੇ ਨਾਲ ਅੱਜ ਕਿ ਲੋਕਾਂ ਨੇ ਗਿਆਨ ਨੂੰ ਇੱਕ ਹਥਿਆਰ ਦੇ ਤੌਰ ਤੇ ਗਿਆਨ ਨੂੰ ਇੱਕ ਸ਼ਕਤੀ ਦੇ ਤੌਰ ਤੇ ਤੇ ਸਮਝਿਆ ਪਹਿਲਾਂ ਜਿਹੜਾ ਪਹਿਲਾਂ ਜਿਹੜਾ ਗਿਆਨ ਸੀਗਾ ਉਹ ਸੀਗਾ ਮਨੁੱਖ ਨੇ ਆਪਣਾ ਭਲਾ ਕਰਨਾ ਤੇ ਲੋਕਾਈ ਦਾ ਭਲਾ ਕਰਨਾ ਹੁਣ ਇਹ ਕਿ ਮਨੁੱਖ ਨੇ ਗਿਆਨ ਹਾਸਲ ਕਰਨਾ ਤਾਂ ਕਿ ਉਹ ਤਾਕਤਵਰ ਹੋਵੇ ਤੇ ਤਾਕਤਵਰ ਹੋ ਕੇ ਦੂਸਰਿਆਂ ਨੂੰ ਅਧੀਨ ਕਰੇ ਤੋਂ ਇਸ ਕਰਕੇ ਇਹਦੇ ਵਿੱਚ ਗਿਆਨ ਦਾ ਸੁਭਾਅ ਬਦਲ ਗਿਆ ਚੌਥੀ ਚੀਜ਼ ਇਹਦੇ ਵਿੱਚ ਹੋਈ ਕਿ ਮਨੁੱਖ ਜਿਹੜੇ ਨੇ ਉਹ ਤੱਤ ਪਸੰਦ ਜਾਂ ਹਕੀਕਤ ਪਸੰਦ ਹੋ ਗਏ ਰੀਅਲਿਸਟਿਕ ਕਹੋਗੇ ਜਾਂ ਕਹੋ ਕਿ ਫੈਕਚੁਅਲ ਇਹ ਜਿਹੜੀ ਇਮੇਜਿਨੇਸ਼ਨ ਜਾਂ ਫੈਕਚੁਅਲ ਚੀਜ਼ਾਂ ਦੇ ਉੱਤੇ ਉਹਨਾਂ ਨੇ ਲੱਗਿਆ ਕਿ ਜਿਹੜੀਆਂ ਚੀਜ਼ਾਂ ਦੀ ਸਾਨੂੰ ਸਮਝ ਨਹੀਂ ਲੱਗਦੀ ਜਿਨ੍ਹਾਂ ਚੀਜ਼ ਨੂੰ ਅਸੀਂ ਨਾਪ ਨਹੀਂ ਸਕਦੇ ਜਿਹੜੀਆਂ ਕੁਆਂਟੀਫਾਈਏਬਲ ਨਹੀਂ ਹੈਗੀਆਂ ਉਹ ਜਾਂ ਤੇ ਨਹੀਂ ਆ ਛਲਾਵਾ ਨੇ ਝੂਠ ਨੇ ਤੇ ਜਾਂ ਫਿਰ ਅਸੀਂ ਸਾਰਾ ਜ਼ੋਰ ਲਾ ਕੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਉਹਨਾਂ ਨੂੰ ਮਿੰਤੀ ਤੇ ਗਿਣਤੀ ਮਿੰਤੀ ਦੇ ਵਿੱਚ ਲੈ ਕੇ ਆਈਏ ਤੇ ਇਹਦੇ ਨਾਲ ਫਿਰ ਕੀ ਹੋਇਆ ਕਿ ਇਹ ਜਿਹੜੇ ਜਿਹੜੇ ਇਤਿਹਾਸ ਸੀਗੇ ਉਹਦੀ ਪਰੰਪਰਾ ਬਦਲ ਗਈ ਜਿਵੇਂ ਸਾਡੇ ਪਹਿਲਾਂ ਇਥੇ ਇਤਿਹਾਸ ਸੀਗਾ ਉਹ ਸਾਖੀ ਰੂਪ ਵਿੱਚ ਜਾਂ ਕਾਬਰੂਪੇ ਚੱਲਦਾ ਸੀਗਾ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਸਾਇੰਟਿਫਿਕ ਹਿਸਟਰੀ ਦਾ ਕਨਸੈਪਟ ਆਇਆ ਵਿਗਿਆਨਕ ਇਤਿਹਾਸ ਇਹ ਸਾਡੇ ਕੱਲੇ ਇੱਥੇ ਨਹੀਂ ਆਇਆ ਸਾਰੀ ਦੁਨੀਆ ਤੇ ਆਇਆ ਜਿੱਥੇ ਜਿੱਥੇ ਵੀ ਅੰਗਰੇਜ਼ ਗਏ ਨੇ ਜਿੱਥੇ ਜਿੱਥੇ ਵੀ ਪੱਛਮੀ ਦ੍ਰਿਸ਼ਟੀ ਗਈ ਆ ਉੱਥੇ-ਉੱਥੇ ਹੀ ਲੋਕਾਂ ਨੇ ਆਪਣੇ ਵਿਰਸੇ ਨੂੰ ਆਪਣੇ ਹੋ ਚੁੱਕੇ ਸਮੇਂ ਨੂੰ ਦੇਖਣ ਦੇ ਲਈ ਜਿਹੜਾ ਨਜ਼ਰੀਆ ਆ ਉਹ ਪੱਛਮ ਕੋਲੋਂ ਲੈ ਲਿਆ ਤੇ ਉਹਦੇ ਵਿੱਚ ਤੱਥ ਦੀ ਜਿਹੜੀ ਆ ਉਹ ਪ੍ਰਮੁੱਖਤਾ ਲੈ ਜਾਂਦੀ ਤੇ ਜਿਹੜਾ ਜਿਹੜੇ ਜਿਹੜੀ ਚੀਜ਼ ਦੇ ਵਿੱਚ ਤੱਥ ਨਾ ਹੋਵੇ ਉਹਨੂੰ ਝੂਠਾ ਤੇ ਜਿਹੜਾ ਉਹ ਨਿਰਾਧਾਰ ਕਹਿਣਾ ਸ਼ੁਰੂ ਕਰ ਦਿੱਤਾ ਤੇ ਉਹਦੇ ਨਾਲ ਬਹੁਤ ਸਾਰੀਆਂ ਵੱਡੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਨਾਸ਼ ਹੋ ਗਈਆਂ ਜਾਂ ਫਿਰ ਐਕਸਪੀਰੀਅੰਸ ਚੋਂ ਅਨੁਭਵ ਚੋਂ ਖਾਰਜ ਹੋ ਗਈਆਂ ਤੇ ਇਹਦੇ ਨਾਲ ਕੀ ਹੋਇਆ ਕਿ ਜਿਹੜੀ ਪਦਾਰਥਾਂ ਦੇ ਵਿੱਚ ਜਿਹੜੀਆਂ ਵਸਤੂਆਂ ਸਨ ਉਹ ਪਦਾਰਥ ਬਣ ਗਈਆਂ ਪੱਛਮੀ ਦ੍ਰਿਸ਼ਟੀ ਦੇ ਆਉਣ ਨਾਲ ਪਹਿਲਾਂ ਅਸੀਂ ਵਸਤੂ ਦੇ ਨਾਲ ਇੱਕ ਬਚਤਰ ਸੰਸਾਰ ਮੰਨਦੇ ਸੀਗੇ ਕਿ ਇਹ ਜਿਹੜੀ ਕੋਈ ਜਿਹੜੀ ਵੀ ਕੋਈ ਚੀਜ਼ ਪੈਦਾ ਹੋ ਗਈ ਹੈ ਤੇ ਪਿੱਛੇ ਨਾਲ ਪੈਦਾ ਕਰਨ ਵਾਲੇ ਦਾ ਕੋਈ ਸੱਚ ਜੁੜਿਆ ਹੋਇਆ ਆ ਇਹ ਚੀਜ਼ ਜਿੰਨੀ ਦਿਖ ਰਹੀ ਆ ਇਸ ਤੋਂ ਇਹਦਾ ਸੱਚ ਵੱਡਾ ਆ ਤੇ ਮਨੁੱਖ ਪਹਿਲਾਂ ਵਸਤੂਆਂ ਬਾਰੇ ਚੀਜ਼ਾਂ ਬਾਰੇ ਇਸ ਤਰ੍ਹਾਂ ਸੋਚਦਾ ਸੀਗਾ ਪਰ ਬਾਅਦ ਵਿੱਚੋਂ ਜਦੋਂ ਇਹ ਪੱਛਮੀ ਦ੍ਰਿਸ਼ਟੀ ਆਈ ਜਿਹੜੀ ਹਰ ਇੱਕ ਚੀਜ਼ ਦਾ ਅਨਲਿਸਿਸ ਕਰਦੀ ਆ ਹਰ ਇੱਕ ਚੀਜ਼ ਦੇ ਸਰਚਨਾ ਦੇ ਨਿਯਮ ਲੱਭਦੀ ਆ ਤਾਂ ਫਿਰ ਉਹਨੇ ਇਹ ਸਾਬਤ ਕਰ ਦਿੱਤਾ ਕਿ ਜਿਹੜੀਆਂ ਇਹ ਚੀਜ਼ਾਂ ਨੇ ਇਹ ਪਦਾਰਥ ਆ ਤੇ ਇਹਦੇ ਇਹਦੇ ਨਾਲ ਕੋਈ ਵੀ ਜਿਹੜਾ ਦੇਵਿੱਤਵ ਆ ਉਹ ਨਹੀਂ ਜੁੜਿਆ ਹੋਇਆ ਤੇ ਜਿਹੜੇ ਜਿਹੜੀ ਇਹ ਸੰਸਾਰ ਦੇ ਵਿੱਚ ਚੀਜ਼ਾਂ ਦੀ ਬਹੁਲਤਾ ਆ ਵੱਖ-ਵੱਖ ਚੀਜ਼ਾਂ ਆ ਉਹ ਰੂਪਾਂ ਦਾ ਇੱਕ ਪ੍ਰਬੰਧ ਬਣ ਗਈ। ਤੋਂ ਇਹ ਸਾਰੀਆਂ ਚੀਜ਼ਾਂ ਦੀ ਵਿਆਖਿਆ ਆਪਾਂ ਅੱਗੇ ਜਾ ਕਰਾਂਗੇ ਕਿ ਰੂਪਾਂ ਦਾ ਪ੍ਰਬੰਧ ਕੀ ਹੁੰਦਾ ਹੈ। ਇਹਦੇ ਵਿੱਚ ਅੰਕ ਸਭ ਤੋਂ ਵੱਡਾ ਹਥਿਆਰ ਬਣ ਗਿਆ। ਯਾਰ ਅੰਕੜਾ ਜਿਹੜਾ ਅੱਜ ਵੀ ਸਾਡੇ ਸਾਨੂੰ ਇੱਕ ਹਥਿਆਰ ਦੇ ਤੌਰ ਤੇ ਅੰਕ ਵਰਤਦਾ ਕੰਮ ਕਰਦਾ ਨਜ਼ਰ ਆਉਂਦਾ ਹੈ ਜਿਵੇਂ ਸਾਡਾ ਆਧਾਰ ਕਾਰਡ ਆ। ਉਹਦੇ ਉਹ ਅਸਲ 'ਚ ਆਧਾਰ ਨੰਬਰ ਹੈ। ਜਿਵੇਂ ਸਾਡਾ ਡਰਾਈਵਿੰਗ ਲਾਇਸੈਂਸ ਹੈ ਉਹ ਵੀ ਇੱਕ ਨੰਬਰ ਹੈ। ਸਾਡੀ ਵੋਟ ਹੈ ਉਹ ਵੀ ਇੱਕ ਨੰਬਰ ਹੈ। ਬੈਂਕ ਦਾ ਖਾਤਾ ਇੱਕ ਨੰਬਰ ਹੈ ਅੰਕ ਅੰਕਆ ਤੋ ਅੰਕ ਨੂੰ ਇੱਕ ਹਥਿਆਰ ਦੇ ਤੌਰ ਤੇ ਵਰਤਿਆ ਗਿਆ ਰਾਜ ਦੁਆਰਾ ਉਹਦੇ ਵਿੱਚ ਮਨੁੱਖ ਦੀ ਮਨੁੱਖ ਦੀ ਹਸਤੀ ਜਿਹੜੀ ਉਹਦੀ ਰੱਬੀ ਹੋਂਦੀ ਆ ਜਿਹੜੇ ਜਾਂ ਮਨੁੱਖ ਦੇ ਤੌਰ ਤੇ ਵੀ ਉਹਦੇ ਜਿਹੜੇ ਬਹੁਤ ਵੱਡੇ ਪਸਾਰ ਹੈ ਉਹ ਸੁੰਗੜ ਕੇ ਸਿਰਫ ਇੱਕ ਨੰਬਰ ਤੇ ਆ ਗਏ ਮਨੁੱਖ ਦੀ ਪਛਾਣ ਹੀ ਇੱਕ ਨੰਬਰ ਤੇ ਆ ਗਏ ਜਿਵੇਂ ਕਲਾਸਾਂ ਚ ਰੋਲ ਨੰਬਰ ਆ ਇਤਰਾ ਹੋਰ ਚੀਜ਼ਾਂ ਤੋ ਇਹਦੇ ਵਿੱਚ ਜਿਹੜਾ ਅੰਕ ਆ ਉਹ ਇੱਕ ਬਹੁਤ ਵੱਡੇ ਹਥਿਆਰ ਦੇ ਤੌਰ ਦੇ ਉੱਤੇ ਸਾਹਮਣੇ ਆਇਆ ਅਗਲਾ ਇਹਦੇ ਤੇ ਪ੍ਰਭਾਵ ਇਹ ਪਿਆ ਕਿ ਇਹਦੇ ਨਾਲ ਪੂੰਜੀ ਦੀ ਪੈਦਾਵਾਰ ਵਧੀ ਤੇ ਪੂੰਜੀ ਦੀ ਪੈਦਾਵਾਰ ਜਿਹੜੀ ਉਹਦੇ ਪਿੱਛੇ ਵਿਗਿਆਨ ਤੇ ਤਕਨੀਕ ਕੰਮ ਕਰਦੇ ਸੀ ਵਿਗਿਆਨ ਤੇ ਤਕਨੀਕ ਨੇ ਮਸ਼ੀਨਰੀ ਪੈਦਾ ਕੀਤੀ ਤੇ ਇਸ ਸਾਰੇ ਕੁਝ ਨੇ ਰਲ ਕੇ ਥੋੜੇ ਬੰਦਿਆਂ ਨੂੰ ਬਹੁਤੇ ਬੰਦਿਆਂ ਨੂੰ ਕਾਬੂ ਕਰਨ ਦੇ ਯੋਗ ਬਣਾ ਦਿੱਤਾ ਇਸ ਤਰ੍ਹਾਂ ਜਦੋਂ ਅੰਗਰੇਜ਼ ਇੱਥੇ ਆਏ ਤਾਂ ਅੰਗਰੇਜ਼ ਇੱਥੇ ਬਹੁਤ ਥੋੜੀ ਮਾਤਰਾ ਵਿੱਚ ਆਪਣੇ ਨਾਲ ਅਫਸਰ ਲੈ ਕੇ ਆਏ ਉਹਨਾਂ ਨੇ ਜਿਹੜੀ ਵੱਡੀ ਤਾਕਤ ਆ ਉਹ ਇਥੋਂ ਇਥੋਂ ਦੀਆਂ ਧਰਤੀਆਂ ਦੇ ਲੋਕਾਂ ਨੂੰ ਅਧੀਨ ਕਰਕੇ ਇਹਨਾਂ ਨੂੰ ਆਪਣੇ ਅਧੀਨ ਕਰਕੇ ਆਪਣੀ ਸ਼ਕਤੀ ਦੇ ਤੌਰ ਤੇ ਵਰਤਿਆ ਇਹਨਾਂ ਨੂੰ ਆਪਣਾ ਬਾਲਣ ਬਣਾ ਲਿਆ ਉਹਨਾਂ ਨੇ ਤੇ ਇਸ ਇਹਦੀ ਵਜ੍ਹਾ ਇਹ ਸੀ ਕਿ ਉਹਨਾਂ ਦੇ ਕੋਲ ਵਿਗਿਆਨ ਸੀ ਤੇ ਤਕਨੀਕ ਸੀ ਈਵਨ ਇੱਥੋਂ ਤੱਕ ਵੀ ਆ ਕਿ ਸ਼ੇਰੇ ਪੰਜਾਬ ਨੂੰ ਇੱਕ ਵਾਰ ਕੁਝ ਅੰਗਰੇਜ਼ ਮਿਲਣ ਆਏ ਤਾਂ ਜਨਰਲ ਡੌਰੀ ਸੀਗਾ ਲੁਧਿਆਣੇ ਜੋ ਰਹਿੰਦਾ ਸੀਗਾ ਉੱਥੇ ਉਹ ਅਮਰੀਕਨ ਚਰਚ ਸੁਸਾਇਟੀ ਦਾ ਸ਼ਾਇਦ ਮੁਖੀ ਸੀਗਾ ਜਾਂ ਉੱਥੇ ਕਿਸੇ ਚਰਚ ਦੇ ਮਿਸ਼ਨ ਉੱਤੇ ਸੀਗਾ ਮਿਸ਼ਨਰੀ ਸੀਗਾ ਬਹੁਤ ਵੱਡਾ ਉਹ ਤੇ ਉਹ ਜਰਨਲ ਵੀ ਸੀਗਾ ਅੰਗਰੇਜ਼ਾਂ ਦਾ ਜਨਰਲ ਡੋਰੀ ਉਹਦਾ ਨਾਮ ਸੀਗਾ ਉਹਨੇ ਉਹ ਵੀ ਨਾਲ ਸੀਗਾ ਕੁਝ ਬੰਦੇ ਆਏ ਤੇ ਉਹਨਾਂ ਨੇ ਮਾਰਿਆ ਰঞ্জੀਤ ਸਿੰਘ ਨੂੰ ਇੱਕ ਕਹਿੰਦਾ ਫਰਿੱਜ ਵਰਗਾ ਕੋਈ ਜੰਤਰ ਬਣਾ ਕੇ ਵਿਖਾਇਆ ਜਿਹਦੇ ਵਿੱਚ ਉਹਨਾਂ ਨੇ ਪਾਣੀ ਨੂੰ ਠੰਡਾ ਕਰਕੇ ਵਿਖਾਤਾ ਤੇ ਸ਼ੇਰਪਾ ਜੀ ਬਹੁਤ ਹੈਰਾਨ ਹੋਇਆ ਤੇ ਉਹਨੇ ਕਿਉਂਕਿ ਉਹ ਪਹਿਲਾਂ ਹੀ ਜਾਣਦਾ ਸੀਗਾ ਕਿ ਇਹਨਾਂ ਦੇ ਕੋਲ ਜਿਹੜੀ ਜਿਹੜੀ ਤੋਪ ਆ ਉਹਦਾ ਸਹੀ ਨਿਸ਼ਾਨਾ ਲਾਉਣ ਦੀ ਬੜੀ ਸਮਰੱਥਾ ਆ ਤੇ ਉਸ ਮਰਥਾ ਦੀ ਵਜ੍ਹਾ ਸਮਝਦਾ ਸੀ ਵੀ ਉਹਨੇ ਪੁੱਛਿਆ ਸੀ ਕਿ ਜੇ ਉਹਨੇ ਸਮਝਣ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਹਰੀ ਸਿੰਘ ਨਲਵਾ ਵੀ ਸਿਆਣੇ ਬੰਦੇ ਸੀ ਕਿ ਬਹੁਤ ਜ਼ਿਆਦਾ ਉਹਨਾਂ ਨੇ ਦੱਸਿਆ ਸੀਗਾ ਕਿ ਇਹ ਗਣਿਤ ਹੈ ਜਿਹੜਾ ਮੈਥਮੈਟਿਕਸ ਆ ਉਹਨੂੰ ਵੱਖਰੇ ਤੌਰ ਤੇ ਪੜਾਉਂਦੇ ਆ ਆਪਣੇ ਬੰਦਿਆਂ ਨੂੰ ਤੇ ਜਿਹਦੇ ਨਾਲ ਇਹ ਜਿਹੜੀ ਟੋਪ ਆ ਉਹਦਾ ਐਕੂਰੇਟ ਨਿਸ਼ਾਨਾ ਲਾਉਣ ਦੇ ਸਮਰਥਾ ਇਹਨਾਂ ਦੀ ਫੌਜ ਤੇ ਸਿਰ ਪੰਜਾਬ ਚਾਹੁੰਦਾ ਸੀਗਾ ਕਿ ਸਾਡੀ ਫੌਜ ਨੂੰ ਵੀ ਇਹ ਪੜਾਇਆ ਜਾਵੇ ਇਸ ਕਰਕੇ ਉਹਨਾਂ ਨਾਲ ਗੱਲਬਾਤ ਚਲਾ ਰਿਹਾ ਸੀ ਕਿ ਇੱਥੇ ਉਹ ਸਾਰਾ ਜਿਹੜਾ ਪੜਾਉਣ ਦਾ ਸਿਲਸਿਲਾ ਹੈ ਉਹ ਸ਼ੁਰੂ ਕੀਤਾ ਜਾਵੇ ਤੋ ਇਹਨਾਂ ਨੇ ਜਿਹੜੀ ਇਹ ਚੀਜ਼ਾਂ ਨੇ ਇਹਦੇ ਨਾਲ ਥੋੜੀਆਂ ਹੈਰਾਨੀ ਵੀ ਪੈਦਾ ਕੀਤੀ ਤੇ ਇਹਦੇ ਨਾਲ ਜਿਹੜੀ ਤਕਨੀਕ ਆ ਉਹਦੀ ਇੱਕ ਚੜਤ ਜਿਹੜੀ ਸਾਹਮਣੇ ਨਜ਼ਰ ਆਉਂਦੀ ਆ ਤੇ ਇਹ ਥੋੜੇ ਬੰਦਿਆਂ ਨੇ ਆ ਕੇ ਜਿਆਦੇ ਵੱਡੇ ਸਮੂਹਾਂ ਨੂੰ ਕਾਬੂ ਕਰ ਲਿਆ ਤੇ ਇਹਦੇ ਵਿੱਚ ਹੋਰ ਕੀ ਹੁੰਦਾ ਹੈ ਕਿ ਹੌਲੀ-ਹੌਲੀ ਇਹ ਸ਼ਕਤੀਆਂ ਜਿਹੜੀਆਂ ਨੇ ਉਹ ਹਿੰਦੁਸਤਾਨ ਵੱਲ ਆਉਂਦੀਆਂ ਨੇ ਪੰਜਾਬ ਵੱਲ ਆਉਂਦੀਆਂ ਨੇ ਤੇ ਇੱਥੇ ਆ ਕੇ ਸਾਡੇ ਨਾਲ ਉਹਨਾਂ ਦਾ ਇੱਕ ਕਹ ਲਓ ਕਿ ਸੰਵਾਦ ਚੱਲਦਾ ਆ ਜਿਸ ਤੇ ਵੱਖ-ਵੱਖ ਪੱਖੋਂ ਤੇ ਬਾਕੀ ਵਿਦਵਾਨਾਂ ਨੇ ਗੱਲ ਕਰਨੀ ਮੈਂ ਸਿਰਫ ਜਾਂਦਾ ਜਾਂਦਾ ਦੋ ਤਿੰਨ ਨੁਕਤੇ ਆਖਰੀ ਤੁਹਾਡੇ ਨਾਲ ਸਾਂਝੇ ਕਰਾਂਗਾ ਉਹ ਇੱਕ ਹੈ ਕਿ ਇਹ ਜਿਹੜੀ ਗਿਆਨ ਕਰਨ ਦੀ ਲਹਿਰ ਹੈ ਤੇ ਜਾਂ ਇਹ ਜਿਹੜਾ ਸਟੇਟ ਦਾ ਉਸ ਵੇਲੇ ਦਾ ਰੂਪ ਸੀਗਾ ਤੇ ਮੌਜੂਦਾ ਰੂਪ ਵੀ ਹੈ ਜਿਹਦੇ ਸੰਬੰਧੀ ਜਿਹੜਾ ਡਿਜੀਟਲ ਸਾਰੇ ਸੰਸਾਰ ਆ ਇਹਦੇ ਵਿੱਚ ਨਿਯੰਤਰਣ ਕਿਵੇਂ ਕੀਤਾ ਜਾਂਦਾ ਹੈ ਇਹ ਮੌਜੂਦਾ ਸਮੇਂ ਦੀ ਗੱਲ ਆ ਤੇ ਜਿਹੜੀ ਉਸ ਵੇਲੇ ਦੀ ਗੱਲ ਸੀਗੀ ਉਸ ਵੇਲੇ ਵੀ ਗਿਆਨ ਦੇ ਉੱਤੇ ਨਿਯੰਤਰਣ ਸੀਗਾ ਜਿਹੜੀ ਸੂਚਨਾ ਆ ਉਹ ਸਟੀਕ ਸੂਚਨਾ ਸੀਗੀ ਸੂਚਨਾ ਉਹ ਬਿਲਕੁਲ ਸਹੀ ਹੁੰਦੀ ਸੀ ਪਰ ਉਹ ਨਿਯੰਤਰਿਤ ਹੁੰਦੀ ਸੀ ਤਾਂ ਇਹਦੇ ਵਿੱਚ ਕੀ ਗੱਲ ਕਾਸ ਕਰਦੀ ਹੈ ਕਿ ਸਟੀਕ ਨਿਯੰਤਰਿਤ ਸੂਚਨਾ ਤੇ ਨਵੀਂ ਕਿਸਮ ਦਾ ਮਨੋਰੰਜਨ ਇਹ ਅੰਗਰੇਜ਼ ਇੱਥੇ ਲੈ ਕੇ ਆਏ ਉਹਨਾਂ ਨੇ ਇੱਥੇ ਸਹੀ ਤੇ ਨਿਯੰਤਰਿਤ ਸੂਚਨਾ ਦੇ ਲਈ ਪ੍ਰੈਸ ਐਂਡ ਪਬਲਿਕਸ਼ਨ ਸ਼ੁਰੂ ਕੀਤਾ ਇੱਥੇ ਸੰਚਾਰ ਦੇ ਸਾਧਨਾਂ ਨੂੰ ਕਾਬੂ ਕੀਤਾ ਤੇ ਲੋਕਾਂ ਨੂੰ ਸਹੀ ਜਾਣਕਾਰੀ ਦਿੱਤੀ ਤੇ ਲੋਕਾਂ ਨੂੰ ਲੱਗਿਆ ਵੀ ਸਹੀ ਜਾਣਕਾਰੀ ਦਾ ਸੋਮਾ ਇਹ ਹੈ ਤੇ ਫਿਰ ਉਹਦੇ ਵਿੱਚ ਨਿਯੰਤਰਣ ਦੇ ਰਾਹੀਂ ਉਹ ਜਾਣਕਾਰੀ ਦਿੱਤੀ ਜਿਹੜੀ ਉਹ ਦੇਣਾ ਚਾਹੁੰਦੇ ਸਨ ਤੇ ਹੌਲੀ-ਹੌਲੀ ਉਹਨਾਂ ਨੇ ਆਪਣੇ ਆਪ ਨੂੰ ਸੂਚਨਾ ਤੇ ਗਿਆਨ ਦੇਣ ਵਾਲੇ ਸੋਮੇ ਦੇ ਤੌਰ ਤੇ ਲੋਕਾਂ ਦੇ ਅਚੇਤ ਮਨ ਵਿੱਚ ਪ੍ਰਵਾਨ ਕਰਵਾ ਲਿਆ। ਤੋਂ ਇਸ ਤਰ੍ਹਾਂ ਇਹ ਦੋ ਤਿੰਨ ਚੀਜ਼ਾਂ ਇਕੱਠੀਆਂ ਉਹ ਲੈ ਕੇ ਆਏ ਇੱਕ ਸਹੀ ਸਟੀਕ ਜਾਣਕਾਰੀ ਜਿਹਦੇ ਵਿੱਚ ਉਹਨਾਂ ਦੇ ਪਿੱਛੇ ਕਿਉਂਕਿ ਬ੍ਰਿਟਾਨੀਆ ਦੇ ਵਿੱਚ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਤੁਸੀਂ ਬਹੁਤ ਸਾਰੇ ਬੰਦਿਆਂ ਨੇ ਦੇਖਿਆ ਹੋਏਗਾ ਲਾਇਬ੍ਰੇਰੀਆਂ ਵਿੱਚ ਪਿਆ ਕਿੰਨੇ ਵੋਲਿਊਮਸ ਵਿੱਚ ਆ ਉਹਦਾ ਪੂਰਾ ਡਿਪਾਰਟਮੈਂਟ ਸੀਗਾ ਜਿਹੜੇ ਹਰ ਰੋਜ਼ ਨਵੇਂ ਸ਼ਬਦ ਨਵੇਂ ਸੰਕਲਪ ਘੜਦੇ ਸੀਗੇ ਤੇ ਉਹਨਾਂ ਦੇ ਉੱਤੇ ਵੱਡੇ ਵੱਡੇ ਲੇਖ ਫਿਰ ਉਹਨਾਂ ਨੂੰ ਛਾਣ-ਛਾਣ ਕੇ ਕਈ ਹਜ਼ਾਰਾਂ ਸਫਿਆਂ ਦੇ ਵਿੱਚੋਂ ਇੱਕ ਦੋ ਸਫਿਆਂ ਦੀ ਜਾਣਕਾਰੀ ਫਿਰ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਵਿੱਚ ਦਰਜ ਕੀਤੀ ਜਾਂਦੀ ਸੀ ਉਹ ਕਵਾਇਦ ਹੁਣ ਚੱਲ ਰਹੀ ਹੈ ਨਹੀਂ ਚੱਲ ਰਹੀ ਮੈਨੂੰ ਪਤਾ ਨਹੀਂ ਪਰ ਕੁਝ ਸਮਾਂ ਪਹਿਲਾਂ ਤੱਕ 10-20 ਸਾਲ ਪਹਿਲਾਂ ਤੱਕ ਐਨਸਾਈਕਲੋਪੀਡੀਆ ਬ੍ਰ ਤੋਂ ਉਹਨਾਂ ਦੀਆਂ ਜਿਹੜਾ ਡਿਕਸ਼ਨਰੀਆਂ ਤੇ ਜਿਹੜੇ ਹੋਰ ਚੀਜ਼ਾਂ ਇਹਦੇ ਤੇ ਬਹੁਤ ਕੰਮ ਕੀਤਾ ਸ਼ਬਦਾਂ ਦੇ ਉੱਤੇ ਉਹਨਾਂ ਨੇ ਬਹੁਤ ਕੰਮ ਕੀਤਾ ਭਾਸ਼ਾ ਦੇ ਉੱਤੇ ਉਹਨਾਂ ਨੇ ਬਹੁਤ ਕੰਮ ਕੀਤਾ ਫਿਰ ਉਹਨਾਂ ਨੇ ਗਿਆਨ ਦੇ ਸੋਮੇ ਬਣਨ ਲਈ ਯੂਨੀਵਰਸਿਟੀ ਕਲਚਰ ਨੂੰ ਇੱਥੇ ਲਿਆਂਦਾ ਔਰ ਸਹੀ ਜਾਣਕਾਰੀ ਦੇ ਤੌਰ ਤੇ ਲੋਕਾਂ ਦੇ ਅਚੇਤ ਮਨ ਵਿੱਚ ਆਪਣੀ ਥਾਂ ਬਣਾਈ ਇਹਦੇ ਨਾਲ ਹੀ ਉਹਨਾਂ ਨੇ ਫਿਰ ਕੀ ਕੀਤਾ ਕਿ ਉਹਨਾਂ ਨੇ ਮਨੋਰੰਜਨ ਦੇ ਨਵੇਂ ਜਿਹੜੇ ਤਰੀਕੇ ਲੋਕਾਂ ਨੂੰ ਦਿੱਤੇ ਜਿਹੜੇ ਪਹਿਲਾਂ ਇੱਥੇ ਲੋਕ ਬੰਦਰ ਦਾ ਤਮਾਸ਼ਾ ਰਿਛ ਦਾ ਤਮਾਸ਼ਾ ਵੇਖ ਕੇ ਖੁਸ਼ ਹੋ ਜਾਂਦੇ ਸੀਗੇ ਹੁਣ ਤੁਸੀਂ ਦੇਖੋ ਉਹਨਾਂ ਦੇ ਆਉਣ ਨਾਲ ਫਿਰ ਰੇਡੀਓ ਆਇਆ ਫਿਰ ਟੈਲੀਵਿਜ਼ਨ ਆਇਆ ਫਿਰ ਹੋਰ ਚੀਜ਼ਾਂ ਆਈਆਂ ਤੇ ਇਹ ਪੂਰੀ ਦੁਨੀਆ ਦੇ ਉੱਤੇ ਆਈਆਂ ਸਾਡੇ ਨਹੀਂ ਆ ਦੇ ਆਈਆਂ ਤੇ ਜਿਹੜੇ ਵੀ ਇਲਾਕੇ ਦੇ ਵਿੱਚ ਸਟੇਟ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਅੱਜ ਵੀ ਸਟੇਟ ਉੱਤੇ ਸਭ ਤੋਂ ਪਹਿਲਾਂ ਸੰਚਾਰ ਦੇ ਸਾਧਨ ਟੈਲੀਵਿਜ਼ਨ ਹੋਰ ਚੀਜ਼ਾਂ ਪਹੁੰਚਾ ਦਿੰਦੀ ਹੈ ਨਾਲ ਹੀ ਸੱਭਿਆਚਾਰਕ ਲਹਿਰ ਜਿਵੇਂ ਪੰਜਾਬ 'ਚ ਵੀ ਖੜਕੂ ਸੰਘਰਸ਼ ਤੋਂ ਬਾਅਦ ਇੱਕਦਮ ਇਹ ਇਹ ਸਾਰਾ ਕੁਝ ਆਇਆ ਅਖਾੜਾ ਗਾਇਕੀ ਆਈ ਨਾਲ ਲੋਕਾਂ ਨੇ ਕਰੋ ਕਰੇ ਕੇਬਲ ਕਨੈਕਸ਼ਨ ਆਇਆ ਹੋਰ ਚੀਜ਼ਾਂ ਆਈਆਂ ਫਿਰ ਡਿਸ਼ ਵਾਲਾ ਵਿਭਾਗ ਬੰਦ ਹੋ ਗਿਆ ਤੇ ਜੋ ਜਦੋਂ ਆਖਬਖਤਰਾਂ ਦੇ ਟੈਲੀਵਿਜ਼ਨ ਦੇ ਚੈਨਲਾਂ ਦਾ سلسلہ ਸ਼ੁਰੂ ਹੋਇਆ ਤਾਂ ਇਹ ਚੀਜ਼ਾਂ ਸਾਰੀਆਂ ਸਰਕਾਰ ਵੱਲੋਂ ਇੱਕੋ ਸਮੇਂ ਤੇ ਪੂੰਜੀਪਤੀਆਂ ਦੀ ਮਦਦ ਦੇ ਨਾਲ ਸ਼ੁਰੂ ਕਰ ਲਈਆਂ ਜਾਂਦੀਆਂ ਤੇ ਇਹ ਵੀ ਉਹਨਾਂ ਨੇ ਉਸ ਵੇਲੇ ਸ਼ੁਰੂ ਕੀਤਾ ਦੂਜਾ ਉਹਨਾਂ ਨੇ ਕੀਤਾ ਕਿ ਅਨੁਵਾਦ ਕੀਤੇ ਜਿਹੜਾ ਅਨੁਵਾਦ ਹੁੰਦਾ ਆ ਉਹਦੇ ਬਾਰੇ ਡਾਟ ਗੁਰਪਖ ਸਿੰਘ ਉਹਨਾਂ ਨੇ ਵੀ ਬੜੀ ਗੱਲ ਕੀਤੀ ਹੈ ਤੇ ਉਸ ਤੋਂ ਪਹਿਲਾਂ ਹੋਰ ਬੰਦਿਆਂ ਨੇ ਵੀ ਕਾਫੀ ਥਾਵਾਂ ਤੇ ਲਿਖਿਆ ਵੀ ਅਨੁਵਾਦ ਵੀ ਇੱਕ ਰਾਜਨੀਤੀ ਆ ਕਿ ਲੋਕਾਂ ਦਾ ਆਪਣੇ ਧਰਮ ਗ੍ਰੰਥ ਨਾਲੋਂ ਆਪਣੇ ਜਿਹੜੇ ਵੱਡੇ ਗਿਆਨ ਦੇ ਸੋਮੇ ਨੇ ਉਹਦੇ ਨਾਲੋਂ ਇਹ ਇੱਕ ਰਿਸ਼ਤਾ ਤੋੜਨ ਦੇ ਲਈ ਅਨੁਵਾਦ ਦੀ ਰਾਜਨੀਤੀ ਕੰਮ ਕਰਦੀ ਹੈ ਤੇ ਅਨੁਵਾਦ ਦੇ ਰਾਹੀਂ ਉਹ ਤੁਹਾਡੇ ਵੱਡੇ ਚਿੰਨ ਵੱਡੇ ਸੰਕਲਪ ਭਾਸ਼ਾ ਦੇ ਵੱਡੇ ਜਿਹੜੇ ਸਰੂਪ ਆ ਉਹਨਾਂ ਨੂੰ ਵਿਗਾੜ ਦਿੰਦੇ ਆ ਜਿਹਦੇ ਉੱਤੇ ਉਹਨਾਂ ਨੇ ਦੱਸਿਆ ਵੀ ੴ ਦੀ ਗਲਤ ਵਿਆਖਿਆ ਇਹਦੇ ਉੱਤੇ ਹੀ ਪ੍ਰੋਪਰ ਕਮਿਸ਼ਨ ਕੀਤਾ ਗਿਆ ਸੀਗਾ 트ੰਪ ਨੂੰ 트ੰਪ ਨੇ ਜਿਹੜਾ ਗੁਰਗ੍ਰੰਥ ਸਾਹਿਬ ਦਾ ਉਲ타 ਕੀਤਾ ਸੀਗਾ ਉਹ ਮਤਲਬ ਕਿ ਸ਼ੁਰੂ ਵਾਲੇ ਦਿਨਾਂ ਵਿੱਚ ਕੀਤਾ ਸੀਗਾ ਜਦੋਂ ਉਹ ਇੱਥੇ ਆਏ ਸੀਗੇ ਤੋਂ ਉਹ ਉਹਨਾਂ ਨੇ ਸਭ ਤੋਂ ਪਹਿਲਾਂ ਅਨੁਵਾਦ ਕੀਤਾ ਤੇ ਇਹਨੂੰ ਇੱਕ ਰਾਜਨੀਤਿਕ ਤੌਰ ਤੇ ਵੇਖਣ ਦੀ ਲੋੜ ਹੈ ਤੇ ਅਨੁਵਾਦਾਂ ਦੇ ਸਾਰੇ ਜਿਹੜਾ ਸਿਲਸਿਲਾ ਆ ਇਹਨੂੰ ਖੋਖਣ ਦੀ ਲੋੜ ਹੈ ਜਿਹੜਾ ਅਜੇ ਸਵਾਲ ਅਜੇ ਸਾਡੇ ਲਈ ਉਸੇ ਤਰ੍ਹਾਂ ਅਣਸੁਲਝਿਆ ਵੀ ਪਿਆ ਹੋਇਆ ਤੇ ਇਹ ਸਾਰਾ ਕੁਝ ਉਹਨਾਂ ਨੇ ਕੀਤਾ ਕਦ ਲਈ ਸੀਗਾ ਇਹ ਉਹਨਾਂ ਨੇ ਸਾਰਾ ਕੁਝ ਕੀਤਾ ਸੀਗਾ ਕਿਉਂਕਿ ਅਸੀਂ ਆਪਣੇ ਸੰਦਰਭ ਵਿੱਚ ਦੇਖ ਰਹੇ ਹਾਂ ਜਿਹੜੇ ਬਾਕੀ ਜਿਹੜੇ ਕਾਲੇ ਅਫਰੀਕਨ ਨੇ ਉਹ ਆਪਣੇ ਸੰਦਰਭ ਵਿੱਚ ਦੇਖਦੇ ਨੇ 유ਹੂਦੀ ਆਪਣੇ ਸੰਦਰਭ ਵਿੱਚ ਦੇਖਦੇ ਨੇ ਸਿੱਖਾਂ ਨੇ ਆਪਣੇ ਸੰਦਰਭ ਵਿੱਚ ਦੇਖਣਾ ਹੈ ਤਾਂ ਮੈਂ ਆਖਰੀ ਨੁਕਤਾ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜਾ ਸਾਰਾ ਕੁਝ ਗਿਆਨ ਕਰਨ ਦੀ ਲਹਿਰ ਉੱਥੋਂ ਸ਼ੁਰੂ ਹੋਈ ਉਹ ਸਾਰੀ ਭਾਵੇਂ ਕਿ ਇੱਕ ਆਪਣੀ ਤੌਰ ਹੀ ਤੁਰਦੀ ਆ ਰਹੀ ਹੈ ਪਰ ਇੱਥੇ ਆ ਕੇ ਉਹਨਾਂ ਨੂੰ ਇੱਕ ਬਹੁਤ ਵੱਡਾ ਚੈਲੰਜ ਜਿਹੜਾ ਆ ਉਹ ਸਿੱਖ ਦ੍ਰਿਸ਼ਟੀ ਵੱਲੋਂ ਮਿਲਿਆ ਜਾਂ ਖਾਲਸਾ ਪੈਰਾਡਾਈਮ ਵੱਲੋਂ ਮਿਲਿਆ ਪੈਰਾਡਾਈਮ ਹੁੰਦਾ ਹੈ ਜਿਹਦੇ ਵਿੱਚ ਟਾਡੀਆਂ ਸਾਰੀਆਂ ਸ਼ਖਸੀਅਤਾਂ ਸੰਸਥਾਵਾਂ ਇੱਕ ਤਰ੍ਹਾਂ ਨਾਲ ਸੋਚਣ ਲੱਗ ਪੈਂਦੀਆਂ ਜਿੱਥੇ ਉਹ ਬਹੁਤ ਛੇਤੀ ਇੱਕ ਨੁਕਤੇ ਤੇ ਸੇਧਿਤ ਹੋ ਜਾਂਦੀਆਂ ਏਕੱਤਰ ਹੋ ਜਾਂਦੀਆਂ ਆ ਤੇ ਅਚੇਤ ਤੌਰ ਤੇ ਅਸੀਂ ਸਾਰੇ ਉਸ ਤਰ੍ਹਾਂ ਸੋਚਣ ਲੱਗ ਪੈਂਦੇ ਹਾਂ ਉਹਨੂੰ ਆਪਾਂ ਮੋٹے ਤੌਰ ਤੇ ਪੈਰਾਡਾਈਮ ਕਹਿ ਸਕਦੇ ਹਾਂ ਤੋਂ ਸਿੱਖਾਂ ਦਾ ਖਾਲਸੇ ਦਾ ਇੱਕ ਪੈਰਾਡਾਈਮ ਸੀਗਾ ਜਿਹਦੇ ਵਿੱਚ ਗੈਰ ਸਿੱਖ ਲੋਕ ਵੀ ਉਵੇਂ ਸੋਚਦੇ ਸਨ ਜਿਵੇਂ ਸੋਚਿਆ ਜਾਣਾ ਜਾਇਜ਼ ਆ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਆ ਅਨੁਕੂਲ ਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਵਾਨ ਆ ਇਵੇਂ ਹੀ ਪੰਜਾਬ ਵਿੱਚ ਸਾਰੇ ਲੋਕ ਸੋਚਦੇ ਸਨ ਤੇ ਉਸ ਨੂੰ ਤੋੜਨਾ ਬਹੁਤ ਜ਼ਰੂਰੀ ਸੀਗਾ ਤਾਂ ਕਿ ਉਹ ਇੱਥੇ ਲੰਬੇ ਸਮੇਂ ਲਈ ਆਪਣੇ ਪੈਰ ਜਮਾ ਸਕਣ ਤੇ ਉਹਨਾਂ ਨੇ ਜਿਹੜਾ ਇਹ ਇੱਥੇ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਅਨੁਵਾਦ ਦਾ ਇੱਕ ਰਾਜਨੀਤੀ ਨੂੰ ਜੋੜਿਆ ਅਕਾਲ ਤਖਤ ਸਾਹਿਬ ਨੂੰ ਜਿਹੜਾ ਅਸਲੀ ਸ਼ਕਤੀ ਦਾ ਕੇਂਦਰ ਮੰਨਦੇ ਹੁਆ ਇਹਨੂੰ ਜਿਹੜਾ ਉਹ ਸ਼ਕਤੀ ਤੋਂ ਵਹੀਨ ਕੀਤਾ ਅਕਾਲੀ ਕਿਰਦਾਰ ਨੂੰ ਪੰਜਾਬੀ ਸਮਾਜ ਦੇ ਵਿੱਚੋਂ ਸਭਿਆਚਾਰ ਦੇ ਵਿੱਚੋਂ ਖਾਰਜ ਕੀਤਾ ਇਥੋਂ ਤੱਕ ਕਿ ਹਥਿਆਰ ਰੱਖਣ ਤੇ ਪਾਬੰਦੀ ਲਾ ਦਿੱਤੀ ਸਰੂਪ ਨਹੀਂ ਦਿਖਿਆ 20-25 ਸਾਲ ਇੱਥੇ ਨਿਹੰਗ ਸਿੰਘਾਂ ਦਾ ਸਰੂਪ ਨਹੀਂ ਦਿਖਿਆ ਪੁਰਾਤਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਅੱਜ ਤੱਕ ਵੀ ਜਿਹੜੇ ਸਟੇਟ ਵੱਲੋਂ ਲੁਪਤ ਕੀਤੇ ਜਾ ਰਹੇ ਆ ਅੱਜ ਵੀ ਕਈ ਥਾਵਾਂ ਤੋਂ ਇਹ ਤੁਹਾਨੂੰ ਸੁਣਨ ਨੂੰ ਮਿਲ ਜੇਗਾ ਕਿ ਵੈਨ ਆਉਂਦੀ ਹੈ ਤੇ ਉਹ ਪੁਰਾਤਨ ਸਰੂਪ ਲੈ ਜਾਂਦੇ ਆ ਤੇ ਕਿਤੇ ਜਾ ਕੇ ਉਹ ਪਤਾ ਨਹੀਂ ਕਿਤੇ ਨਵਾਂ ਸਰੂਪ ਤੁਹਾਨੂੰ ਲੈ ਜਾਂਦੇ ਆ ਪੁਰਾਤਨ ਗੁਰਕਾ ਸਾਹਿਬ ਲੈ ਜਾਂਦੇ ਆ ਪੁਰਾਣੇ ਗ੍ਰੰਥ ਜਿਹੜੇ ਇਕੱਠੇ ਕਰੀ ਜਾਂਦੇ ਉਹ ਇਹ ਸਿਲਸਿਲਾ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਅੰਗਰੇਜ਼ ਇੱਥੇ ਆਏ ਜਦੋਂ ਉਹਨਾਂ ਨੇ ਤੁਹਾਡੇ ਇੱਥੇ ਕਾਇਦਾ ਨੂ ਉਦੋਂ ਤੋਂ ਇਹ سلسلہ ਚੱਲ ਰਿਹਾ ਹੈ। ਤੋਂ ਇੱਕ ਬੜਾ ਵੱਡਾ ਇੱਕ سلسلہ ਆ ਜਿਹਨੂੰ ਸਮਝਣ ਦੇ ਲਈ ਅਸੀਂ ਇਹ ਗੋਸਟ ਲੜੀ ਸ਼ੁਰੂ ਕੀਤੀ ਹੈ ਤੇ ਇਹ ਚੱਲ ਰਿਹਾ ਹੱਲੇ ਵੀ। ਤੇ ਇਹਦੇ ਵਿੱਚੋਂ ਉੱਭਰਨ ਦੇ ਲਈ ਸਾਨੂੰ ਹੋਰ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ। ਇਹ ਮੈਂ ਮੁੱਢਲੀਆਂ ਗੱਲਾਂ ਕੀਤੀਆਂ ਨੇ ਇਹਦੇ ਵਿੱਚ ਬਹੁਤ ਸਾਰੇ ਖੱਪੇ ਰਹਿ ਗਏ ਨੇ। ਬਹੁਤ ਸਾਰੀਆਂ ਔਣਤਾਂ ਰਹਿ ਗਈਆਂ ਨੇ ਪਰ ਇਸ ਕਰਕੇ ਸੀਗਾ ਕਿ ਮੌਜੂਦਾ ਹਾਲਾਤ ਨੂੰ ਜਿਹੜੀ 10-400 ਸਾਲ ਦੀ ਪੱਛਮੀ ਦ੍ਰਿਸ਼ਟੀ ਦੀ ਜਿਹੜੀ ਤੋਰ ਆ ਹਿਸਟਰੀ ਆ ਉਹਦੇ ਨਾਲ ਜੋੜ ਕੇ ਵੇਖਣ ਦੀ ਕੋਸ਼ਿਸ਼ ਕੀਤੀ ਜਾਵੇ ਇੱਕ ਜਾਂਚ ਸਿੱਖ ਲਈ ਜਾਵੇ ਅਸੀਂ ਵੀ ਇਹਦੇ ਚ ਸਿੱਖ ਰਹੇ ਆ ਅਸੀਂ ਵੀ ਇਹਦੇ ਚ ਪੜ ਰਹੇ ਆ ਤੇ ਜਿਹੜੇ ਨਵੇਂ ਬੱਚੇ ਆ ਉਹਨਾਂ ਚ ਸ਼ਕਤੀ ਜ਼ਿਆਦਾ ਆ ਉਹਨਾਂ ਕੋ ਸਮਾ ਆ ਉਹ ला ਸਕਦੇ ਆ ਇਸ ਕਰਕੇ ਮੈਂ ਥੋੜਾ ਸਮਾਂ ਵਾਧਾ ਲੈ ਗਿਆ ਹੋਵਾਂਗਾ ਕਿਉਂਕਿ ਮੇਰੇ ਹਿੱਸੇ ਦੋ ਕੰਮ ਸੀਗੇ ਮੈਂ ਇਸ ਗੋਸ਼ਟੀ ਦੇ ਸੰਬੰਧੀ ਵੀ ਪਹਿਲਾਂ ਗੱਲ ਕਰਨੀ ਸੀ ਫਿਰ ਆਪਣਾ ਪਰਚਾ ਵੀ ਪੇਸ਼ ਕਰਨਾ ਸੀਗਾ ਤੋ ਹੁਣ ਮੈਂ ਡਾਕਟਰ ਗੁਰਪ੍ਰੀਤ ਸਿੰਘ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਅਗਲੀ ਕਾਰਵਾਈ ਚਲਾਉਣ ਮੇਰੇ ਵੱਲੋਂ ਇੱਥੇ ਫਤਿਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ